ਹੈਲੋ ਨਮਸਕਾਰ ਅਦਾ ਪਿਆਰ ਸਤਿਕਾਰ ਤੇ ਸਤਿ ਸ਼੍ਰੀ ਅਕਾਲ ਗੁਰਜੀਤ ਸਿੰਘ ਵੱਲੋਂ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ ਤੁਹਾਡੇ ਆਪਣੇ ਸ਼ੋਅ ਪੀਟੀਸੀ ਸੁਪਰਸਟਾਰ ਦੇ ਵਿੱਚ ਦੋਸਤੋ ਇਸ ਸ਼ੋਅ ਦੇ ਜ਼ਰੀਏ ਮੈਂ ਖੁਦ ਮੁਲਾਕਾਤ ਕਰਦਾ ਹਾਂ ਤੇ ਤੁਹਾਡੀ ਮੁਲਾਕਾਤ ਕਰਵਾਉਣਾ ਹੈ ਜੀ ਪੰਜਾਬੀ 뮤직 ਇੰਡਸਟਰੀ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਚਮਕਦੇ ਤੇ ਉੱਭਰਦੇ ਸਿਤਾਰਿਆਂ ਤੇ ਇਸੇ ਕڑی ਦੇ ਵਿੱਚ ਅੱਜ ਆਪਾਂ ਮੁਲਾਕਾਤ ਕਰਨ ਜਾ ਰਹੇ ਹਾਂ ਜੀ ਇੱਕ ਮਠਾਸਪਰੀ ਆਵਾਜ਼ ਦੇ ਨਾਲ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀਗੀ ਮੇਰਾ ਕਾਲੇ ਰੰਗ ਦਾ ਯਾਰ ਗੀਤ ਦੇ ਨਾਲ ਯੋਗੀ ਤਾਂ ਸੁਪਰ ਡੂਪਰ ਹਿੱਟ ਰਿਹਾ ਸੀ ਤੇ ਉਸ ਤੋਂ ਬਾਅਦ ਵੀ ਸੁਪਰ ਡੂਪਰ ਹਿੱਟ ਗੀਤਾਂ ਦੀ ਝੜੀ ਲੱਗੀ ਰਹੀ ਹੈ ਜੀ ਬੇਸ਼ੱਕ ਗੀਤ ਹੋਵੇ ਪੰਜਾਬ ਸੋਚਾ ਸੁਰਮਾ ਜਾਂ ਅੱਜਕੱਲ ਡੀਜੇ ਵਜਦਾ ਤੇ ਇਹ ਸਹੀ ਅੰਦਾਜ਼ਾ ਲਗਾ ਰਹੇ ਹਾਂ ਜੀ ਮੈਂ ਗੱਲ ਕਰ ਰਿਹਾ ਕੁਲਵਿੰਦਰ ਬਿੱਲਾ ਜੀ ਦੀ ਆਫਰ ਕਰਦੇ ਆ ਉਹਨਾਂ ਨਾਲ ਖਾਸ ਮੁਲਾਕਾਤ ਕੁਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਸੁਪਰਸਟਾਰ ਵਿੱਚ ਤੁਹਾਡਾ ਥੈਂਕ ਯੂ ਥੈਂਕ ਯੂ ਭਾਈ ਜੀ ਤੇ ਤੁਹਾਡੇ ਫੈਨਸ ਬਹੁਤ ਧੇਰ ਤੋਂ ਕਹਿ ਰਹੇ ਸੀ ਇਹ ਕਹਿੰਦੇ ਕਿ ਯਾਰ ਸੁਪਰਸਟਾਰ ਦੇ ਵਿੱਚ ਹੁਣ ਕੁਲਵਿੰਦਰ ਭਾਈ ਨੂੰ ਵੀ ਲੈ ਕੇ ਆਓ ਤੇ ਉਹਨਾਂ ਨਾਲ ਗੱ ਤਾਂ ਦੱਸ ਬੱਡੀਆ ਭਰਾਵਾਂ ਦਾ ਪਿਆਰ ਹੈ ਤੇ ਬਾਕੀ ਮੇਰੇ ਫੈਨ ਜਿੰਨੇ ਪਿਆਰ ਕਰਦੇ ਨੇ ਅੱਜ ਮੈਨੂੰ ਇਸ ਐਪੀਸੋਡ ਦੇ ਵਿੱਚ ਲੈ ਕੇ ਆਏ ਸੁਪਰਸਟਾਰ ਦੇ ਵਿੱਚ ਪਰ ਮੈਂ ਹਜੇ ਨਹੀਂ ਕਹਿੰਦਾ ਵੀ ਮੈਂ ਸੁਪਰਸਟਾਰ ਹਜੇ ਤਾਂ ਬਹੁਤ ਮੰਜ਼ਿਲ ਦੂਰ ਨੇ ਹਜੇ ਬਹੁਤ ਮਿਹਨਤ ਕਰਨੀ ਹੈ ਤੇ ਪਰ ਮੈਂ ਕਹਾਂ ਤੁਹਾਡਾ ਥੈਂਕ ਯੂ ਕਰਨਾ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਬੁਲਾਇਆ ਨਹੀਂ ਭਾਈ ਸਾਡੀ ਨਜ਼ਰ ਦੇ ਵਿੱਚ ਤੁਹਾਡੇ ਫੈਨਸ ਦੀ ਨਜ਼ਰ ਵਿੱਚ ਤੁਹਾਡਾ ਹਰ ਇੱਕ ਗੀਤ ਸੁਪਰ ਡੂਪਰ ਹਿੱਟ ਗਿਆ। ਉਦੋਂ ਤੋਂ ਗਿਆ ਜਦੋਂ ਤੋਂ ਤੁਸੀਂ ਸਕਰੀਨ ਦੇ ਸਾਹਮਣੇ ਵੀ ਨਹੀਂ ਆਏ ਸੀਗੇ। ਮੇਰੇ ਕਾਲੇ ਰੰਗ ਦਾ ਯਾਰ। ਬਿਲਕੁਲ। ਮੈਨੂੰ ਅੱਜ ਵੀ ਯਾਦ ਹੈ 2010-11 ਵਿੱਚ ਇੱਕ ਆਪਾਂ ਇੰਟਰਵਿਊ ਕੀਤੀ ਸੀ ਜਲੰਧਰ ਦੇ ਵਿੱਚ ਤੇ ਉਦੋਂ ਤੁਸੀਂ ਉਹਦੀ ਪ੍ਰੋਮੋਸ਼ਨ ਕਰ ਲਈ ਐ ਸੀ ਰੇਡੀਓ ਦੇ ਉੱਤੇ। ਮੇਰਾ ਕਾਲੇ ਰੰਗ ਦਾ ਯਾਰ। ਤੇ 2007 ਤੋਂ ਲੈ ਕੇ ਅੱਜ 2015 ਵਿੱਚ 15 ਸੁਪਰਸਟਾਰ ਬਣਦਾ ਹੀ ਐ ਜੀ। ਬਸ। ਤੁਸੀਂ ਕਹਿ ਰਹੇ ਹੋ ਤੁਸੀਂ ਉਹਦੇ ਲਈ ਤਾਂ ਤੁਸੀਂ ਤਾਰੀਫ ਦੇ ਕਾਬਿਲ ਵੀ ਹੈਗੇ ਹੋ। ਥੈਂਕ ਯੂ। ਤੇ ਜਦੋਂ ਉਹ ਗਾਣਾ ਆਇਆ ਸੀਗਾ ਸੋਚਿਆ ਸੀ ਵੀ ਇੱਕ ਤਿੰਨ ਆ ਮਕਾਮ ਹਾਸਿਲ ਹੋ ਗਿਆ ਜਾਂ ਫਿਰ ਵੈਸੇ ਮਸਤੀ ਵਿੱਚ ਅੱਪਾ ਕਰਤਾ ਸੀ ਉਦੋਂ YouTube ਦਾ ਟਾਈਮ ਸੀ ਬਲੂਟੁੱਥ ਦਾ ਟਾਈਮ ਸੀ ਉਦੋਂ ਹਾਂ ਇੱਕ ਡੰਮੀ ਰਿਕਾਰਡ ਹੋਈ ਸੀ ਆਹ ਕਾਲੇ ਰੰਗ ਦੇ ਯਾਰ ਰਾਈਟ ਤੇ ਉਹ ਡੰਮੀ ਇਦਾਂ ਨਹੀਂ ਸੀ ਵੀ ਕੋਈ ਮੈਂ ਪਤਾ ਨਹੀਂ ਸੀ ਵੀ ਮੈਂ ਕੋਈ ਪ੍ਰੋਫੈਸ਼ਨਲ ਸਿੰਗਰ ਬਣੂੰਗਾ ਪਰ ਮੈਂ ਗਾਉਂਦਾ ਜ਼ਰੂਰ ਸੀ ਜੂਸ ਫੈਸਟੀਵਲਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹਾਲਵੇਜ਼ ਮੈਂ 골ਡ ਮੈਡਲ ਜਿੱਤਦਾ ਸੀਗਾ ਤੇ ਵਧੀਆ ਪਿਆਰ ਮਿਲਦਾ ਸੀਗਾ ਤੇ ਉਸ ਵੇਲੇ ਇੱਕ ਯੂਨੀਵਰਸਿਟੀ ਡਾਕਟਰ ਪਰ ਮਕਸੀਦ ਜੀ ਹੁੰਦੀ ਸੀ ਰਜਿਸਟਰ ਆ ਰ ਉਹ ਜਦੋਂ ਮਹਿਫਲ ਵਗੈਰਾ ਲੱਗਦੀ ਸੀ ਉੱਥੇ ਉੱਥੇ ਮੇਰੇ ਤੋਂ ਸੁਣਦੇ ਸੀ ਉਹ ਕਹਿੰਦੇ ਵੀ ਇਹ ਗਾਣਾ ਮੈਨੂੰ ਰਿਕਾਰਡ ਕਰਕੇ ਲੈ ਕੇ ਆ ਆਹਾਂ ਮੈਂ ਆਖਿਆ ਵੀ ਉਹ ਜੀ ਕਿਹਾ ਵੀ ਰਿਕਾਰਡ ਕਿਦਾਂ ਕਿਹਾ ਸੀ ਇਹਨਾਂ ਨੇ ਸਟੂਡੀਓ ਕਿਹਾ ਜਾਂ ਵੈਸੇ ਵਾਕਮੈਨ ਹੁੰਦੀਆਂ ਸੀ ਉਧਰ ਰਿਕਾਰਡ ਕਰਨ ਵਾਲੀਆਂ ਹਨ ਛੋਟੀਆਂ ਜੀਆਂ ਤੇ ਮੈਂ ਉਹ ਬਦਲ ਹੋ ਗਿਆ ਉਸ ਗੱਲ ਨੂੰ ਫਿਰ ਇਹ ਮੇਰੇ ਇੱਕ ਦੋਸਤ ਹੈ ਬਰਨਾਲੇ ਤੋਂ ਡੈਨੀ ਸ਼ਰਮਾ ਓਕੇ ਉਹਦੇ ਸੀ ਇੱਕ ਦਿਨ ਸਟੂਡੀਓ 'ਚ ਵੈਸੇ ਬੈਠੇ ਸੀ ਕੋਈ ਕੰਮ ਕਰਦੇ ਸੀ ਅਸੀਂ ਜੀ ਤੇ ਉੱਥੋਂ ਕਹਣਾ ਯਾਰ ਆਪਾਂ ਉਹ ਗਾਣੀ ਦੀ ਗੱਲ ਹੋਈ ਸੀ ਪਰ ਰਿਕਾਰਡ ਕਰੀਓ ਮੈਂ ਚਲੋ ਵਹੀ ਕਰੋ ਉਹ ਡੰਮੀ ਇੱਕੋ ਟੇਕ ਦੇ ਵਿੱਚ ਰਿਕਾਰਡ ਕੀਤੀ ਸੀ ਅਸੀਂ ਨੇ ਵੀ ਇਦਾਂ ਨਹੀਂ ਸੀ ਵੇ ਕੱਟ-ਕੱਟ ਕਰਕੇ ਜਿਵੇਂ ਅੱਜ ਤੱਕ ਆਪਾਂ ਇੱਕ ਸਤਾਈ ਕਰ ਲਈ ਅੰਤਰਾ ਕਰ ਲਈ ਕਲੈਨ ਕਰ ਲਈ ਉਹ ਇਦਾਂ ਇੰਨੀ ਕਿ ਜ਼ਿਆਦੇ ਇੰਨੀ ਵਧੀਆ ਬਣ ਗਈ ਉਹ ਮੈਂ ਆਪਣੇ ਫੋਨ 'ਚ ਪਾ ਲਈ ਉਹ ਹਾਂ ਹਾਂ ਤੇ ਦੋ ਤਿੰਨ ਸੀੜੀਆਂ ਬਣਾਉਣੀਆਂ ਦੇਣ ਵਾਸਤੇ ਜਿਹੜੇ ਉੱਥੇ ਅਥਾਰਟੀ ਸੀ ਯੂਨੀਵਰਸਿਟੀ ਦੀ ਉਹ ਵੀ ਵਧੀਆ ਤੇ ਉਹ ਮੈਂ ਜਿਹੜਾ ਮੇਰੇ ਕੋਲ ਫੋਨ ਸੀ ਉਸ ਵਾਲੇ ਮਟਰੋਲਾ ਦਾ ਹਾਂ ਹਾਂ ਤੇ ਉਹਨੂੰ ਮੈਂ ਆਪਣੇ ਬਲੂਟੁੱਥ ਨਾਲ ਹੀ ਕਿਸੇ ਮੇਰੇ ਦੋਸਤ ਨੂੰ ਸੈਂਡ ਕਰਤਾ ਉਹ ਪੱਕੇ ਰੰਗਦਾ ਸੀ ਉਹਨੂੰ ਬੜਾ ਵਧੀਆ ਲੱਗਦਾ ਸੀ। ਬਸ ਫਿਰ ਸੈਂਡ ਹੁੰਦਾ 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 ਇੰਨਾ ਜਿਆਦਾ ਹਰ ਜਗ੍ਹਾ ਦੇ ਉੱਤੇ ਮੈਂ ਇਹ ਨਹੀਂ ਕਹ ਸਕਦਾ ਮੈਂ YouTube ਵਾਲਾ ਸਿੰਗਰ ਹਾਂ ਮੈਂ ਬਲੂਟੁੱਥ ਵਾਲਾ ਸਿੰਗਰ ਕਹਿ ਸਕਦਾ। ਕੀ ਆ ਗੱਲ ਹੈ? ਬਹੁਤੀ ਮੇਰੀ ਉਮਰ ਨਹੀਂ ਹੈਗੀ। ਅੱਛਾ। ਹਾਂ। ਤੇ ਵੈਸੀ ਸਮੇਂ ਦੀ ਗੱਲ ਕਰਦਾ ਕਿਉਂਕਿ ਸਮਾਂ ਬਹੁਤ ਥੋੜੇ ਸਾਲਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਚੇਂਜ ਹੋ ਗਿਆ। ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ। ਉਹ ਜਦੋਂ ਬਲੂਟੁੱਥ ਤੇ ਇੰਨਾ ਜ਼ਿਆਦਾ ਫੇਮ ਹੋ ਗਿਆ ਲੋਕ ਗੈਸ ਕਰਨ ਲੱਗੇ ਕੋਈ ਕਹਿੰਦਾ ਸੀ ਫਿਰੋਜ਼ ਖਾਨ ਦਾ ਗੀਤ ਹੈ ਕੋਈ ਕਹਿੰਦਾ ਸੀ ਕਿਸੇ ਦਾ ਤੇ ਗੈਸ ਕਰਦੇ ਕਰਦੇ ਫਿਰ ਮੈਨੂੰ ਲੱ ਇਹ ਤਾਂ ਉਹ ਕਾਗਰਵੀ ਬਲੂ ਕਿਸੇ ਦਾ ਗਾਣਾ ਕਹੀ ਜਾਂਦੇ ਨੇਗੀ ਸਹੀ ਗੱਲ ਹੈ ਤੇ ਅਸੀਂ ਫਿਰ ਕੀ ਕਰਿਆ ਉਸ ਵੇਲੇ ਮੇਰਾ ਮਿੱਤਰ ਸੀ ਕਿ ਸਾਈਬਰ ਕੈਫੇ ਚਲਾਉਂਦਾ ਸੀ ਬਾਹਰੋਂ ਓਕੇ ਉਹ ਤਾਂ ਔਰਕਟ ਚ ਲਾਉਣ ਜਾਂਦੇ ਹੁੰਦੇ ਸੀ ਅਸੀਂ ਹਾਂਜੀ ਹਾਂ ਕਦੇ ਨਾ ਕਦੇ ਸਹੀ ਗੱਲ ਹੈ ਉਹ ਪਹਿਲਾਂ ਚੱਲਦਾ ਹੁੰਦਾ ਸੀ ਆਊਟਕਟ ਦਾ ਜ਼ਮਾਨਾ ਹੁੰਦਾ ਸੀ ਉਹ 10 ਰੁਪਏ ਦੇ ਕੇ ਔਰਕਟ ਚ ਲਾ ਕੇ ਹੁੰਦੇ ਹੁੰਦੇ ਸੀਗੇ ਰਾਈਟ ਤੇ ਉਹ ਕਹਿੰਦਾ ਵੀ ਮੈਨੂੰ ਇੱਕ ਕੰਮ ਕਰਨਾ ਹੁੰਦਾ ਮੈਂ ਕਿ ਕਹਿੰਦਾ ਯਾਰ ਗਾਣਾ ਪਾਣਾ ਘੈਂਟ ਹੋ ਗਿਆ ਪਰ ਮੈਨੂੰ ਸਲਾਈਡ ਸ਼ੋ ਬਣਾਉਣਾ ਹੁੰਦਾ ਆਹਾਹਾ ਵੀ ਆਪ ਤੇਰਾ ਗਾਣਾ ਲਾਣਾ ਹੈ ਹਾਂ ਫੋਟੋ ਵਾਲਾ ਤਾਂ ਚੱਲਦੀ ਸੀ ਉਹ ਕਹਿੰਦਾ ਵੀ ਆਪਾਂ ਕਿ ਨਵਾਂ ਵੀ ਆਪਾਂ ਵੀਡੀਓ ਕੱਟ ਲਾਂਗੇ ਕਿਸੇ ਦੀਆਂ ਨਹੀਂ ਗਰੋ ਵਗੈਰਾ ਦੀ ਵੀ ਵੀਡੀਓ ਵੀਡੀਓ ਕੱਟ ਕੇ ਤੇ ਆਇਆ ਕਰਾਂ ਵੀ ਤੇਰੇ ਆਪਾਂ ਸ਼ਾਟ ਲੈ ਲੈਨੇ ਹੈਂਡੀ ਕੈਮਰਾ ਹੈ ਕਹਿੰਦਾ ਮੇਰੇ ਇੱਕ ਦੋਸਤ ਕੋਲ ਉਹ ਵਿਆਹ ਦਾ ਮੂਵੀ ਬਣਾਉਂਦੇ ਨੇ ਕਹਿੰਦਾ ਠੀਕ ਹੈ ਜੀ ਅਸੀਂ ਯੂਨੀਵਰਸਿਟੀ ਦੋਨੇ ਅਸੀਂ ਜੇ ਕੋਈ ਆ ਜਾਏ ਕਰੇ ਸੀ ਰੁਕ ਜਾਂਦੇ ਸੀ ਇਹ ਸੰਗ ਲੱਗਦੀ ਸੀ ਵੀ ਇਹ ਕੀ ਕਰੀਂ ਉਧਰ ਜੇਬ ਦੇ ਵਿੱਚ ਆਪਣਾ ਲਿਪਸਿੰਗ ਕਰਨ ਵਾਸਤੇ ਫੋਨ ਪਾਇਆ ਸੀ ਜਿੱਚ ਗਾਣਾ ਚੱਲਦਾ ਸੀਗਾ ਤੇ ਫਿਰ ਉਹਨੇ ਸੀਨੇ ਜੋੜਤਾ ਰਾਈਟ ਰਾਈਟ ਯੂ ਟੂ ਟਿਪਾਤਾ ਇਨੇ ਕਿ ਜਿਆਦੇ ਉਹਦੇ ਉਸ ਵੇਲੇ ਦੇ ਵਿੱਚ 2007 ਦੇ 10 ਦੇ ਗੈਪ ਦੇ ਵਿੱਚ 2-3 ਲੱਖ ਵਿਊ ਉਸ ਵੇਲੇ ਹੋਏ ਸੀਗੇ ਹੁਣ ਤਾਂ ਨੋਰਮਲ ਗੱਲ ਹੈ ਬਹੁਤ ਵੱਡੀ ਗੱਲ ਸੀ ਫਿਰ ਇੱਕ ਕੰਪਨੀ ਨੇ ਮੈਨੂੰ ਹਾਂ ਅਪਰੋਚ ਕਰੀ ਸਾਡੀ ਮੀਟਿੰਗ ਹੋਈ ਫਿਰ ਪਹਿਲੀ ਐਲਬਮ ਆਈ ਮੇਨ ਕੰਪਨੀ ਵਾਲੀ ਤਾਂ ਗੱਲ ਠੀਕ ਹੈ ਗਈ ਜਦੋਂ ਪਹਿਲੀ ਐਲਬਮ ਆਈ ਹੈ ਪਰ ਜਦੋਂ ਆ ਤੁਸੀਂ ਗਾਣਾ ਕੱਢਿਆ ਸੀ ਮਤਲਬ ਬੈਠੇ ਬਿਠਾਏ ਮਾਹੌਲ ਦੇ ਵਿੱਚ ਕੱਢਤਾ ਪਰ ਘਰਦਿਆਂ ਦਾ ਸਹੋ ਕਿੰਨਾ ਸੀਗਾ ਇਹਦੇ ਵਿੱਚ ਕਿ ਯਾਰ ਪੁਸ਼ ਫੈਕਟਰ ਸੀਗਾ ਜਾਂ ਕਹਿੰਦੇ ਸੀ ਯਾਰ ਕਿਹੜੇ ਕੰਮ ਨੂੰ ਤਰਪਿਆ ਦੋ ਇਹ ਨਹੀਂ ਨਹੀਂ ਐਕਚੁਅਲੀ ਘਰਦਿਆਂ ਦਾ ਪੂਰਾ ਰਿਸਪੌਂਸ ਸੀ ਕਿਉਂਕਿ ਮੈਂ ਮੇਰੀ ਸਟੱਡੀ ਸੀ ਸਾਰੀ 뮤జిక్ ਦੇ ਵਿੱਚ ਸੀ ਮੈਂ ਬੀਏ ਐਮਏ ਐਮਫਲ ਪੀਐਚਡੀ ਮੇਰੀ ਉਸ ਵੇਲੇ ਤਾਂ ਮੈਂ ਐਮਏ ਕਰ ਰਿਹਾ ਸੀਗਾ ਓਕੇ ਤੇ ਉਹ ਕਰਦਨ ਫੁੱਲ ਰਿਸਪੌਂਸ ਛੋਟਾ ਹੁੰਦਾ ਜੇ ਉਹਨੂੰ ਮੈਂ ਭਾਸ਼ਾ ਵਿਭਾਗ ਦੇ ਕੋਈ ਕੰਪਿਟਿਟਿਵ ਡੈਡੀ ਮੈਨੂੰ ਖੁਦ ਛੱਡ ਕੇ ਆਉਂਦੇ ਹੁੰਦੇ ਸੀ ਤੇ ਸਾਡੇ ਇੱਕ ਟੀਚਰ ਹੁੰਦੇ ਸੀਗੇ ਉਹਨਾਂ ਦੀ ਵੀ ਮੈਂ ਜ਼ਰੂਰ ਗੱਲ ਦੱਸੂਗਾ ਇੱਕ ਮੇਰੇ ਮਿੱਤਰ ਹੋਰ ਹੁੰਦੇ ਪਿੰਡ ਦਾ ਕਿਉਂਕਿ ਮੈਨੂੰ ਆਪਣੇ ਪਿੰਡ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਮੈਨੂੰ ਬੜੀ ਵਧੀਆ ਲੱਗਦੀਆਂ ਨੇ ਮੇਰੇ ਗਾਣੇ ਦੇ ਵਿੱਚ ਵੀ ਹੁੰਦਾ ਮੈਂ ਜਿਵੇਂ ਟਾਈਮ ਟੇਬਲ ਦੀ ਗੱਲ ਹੈ ਸਾਰੀਆਂ ਪੁਰਾਣੀਆਂ ਕਲਚਰ ਦੀਆਂ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਦੇ ਪਹਿਰਾਵਾ ਤੁਸੀਂ ਹਰੇਕ ਤਕਰੀਬਨ ਹਰੇਕ ਗਾਣੇ ਵਿੱਚ ਟੱਚ ਦਿੱਤਾ ਹੋਇਆ ਪੁਰਾਣੇ ਉਹ ਸਾਂਝਾ ਰਮਣੀਮ ਦੇ ਤਹ ਹਫਤਾ ਰਖਦਾ ਸੀ ਹਫਤਾ ਮੈਰਾ ਤੇ ਸਾਡੀ ਫੀਸ ਹੁੰਦੀ ਸੀ 200 ਰੁਪਿਆ ਸਿੱਖਣ ਦੀ ਅਸੀਂ ਭਿੱਖੀ ਸਿੱਖਦੇ ਹੁੰਦੇ ਸੀਗੇ ਆ ਮਹੀਨੇ ਦੇ ਵਿੱਚ ਚਾਰ ਕਲਾਸ ਹੁੰਦੀਆਂ ਤੇ ਫੀਸ ਵੀ ਉਹ ਟੀਚਰ ਦਿੰਦੇ ਸੀ ਸਾਡੀ ਅੱਛਾ ਜੀ ਤੇ ਬਾਕੀ ਘਰਦਿਆਂ ਦਾ ਤਾਂ ਬਹੁਤ ਜ਼ਿਆਦਾ ਹੈ ਹੀ ਮਾਪਿਓ ਤਾਂ ਕਹਿਦੇ ਨਹੀਂ ਵੀ ਸਾਡਾ ਬੱਚਾ ਜੀ ਕੁਝ ਕਰ ਰਿਹਾ ਬਾਕੀ ਪੜ੍ਹੇ ਲਿਖੇ ਸੀ ਮੇਰੇ ਪਰਿਵਾਰ ਸਾਰਾ ਅੱਛਾ 뮤직 ਸਿੱਖਣਾ ਇੱਕ ਵਕਰੀ ਗੱਲ ਆ ਜਦੋਂ ਸਿੰਗਿੰਗ ਸਾਹਮਣੇ ਆਉਂਦੀ ਹੈ ਨਾ ਜੋ ਗਾਣੇ ਆਉਣ ਲੱਗੇ ਕਈ ਵਾਰ 뮤직 ਵਿੱਚ ਕਹਿੰਦਾ ਚੱਲ ਇਹ ਟੀਚਰ ਬਣ ਜੂਗਾ 뮤직 ਟੀਚਰ ਇਹ ਵੀ ਸੋਚਦਾ ਮੇਰੇ ਖਿਆਲ ਚ ਕਈ ਇਹ ਕਰਦਿਆਂ ਸੋਚ ਰਹਿੰਦੀ ਹੈ ਪਰ ਐਜ਼ ਅ ਸਿੰਗਰ ਤੁਹਾਨੂੰ ਦੇਖਣਾ ਉਹਨਾਂ ਲਈ ਕਿੰਨਾ ਕੁ ਵਧੀਆ ਸੀ ਉਹਨਾਂ ਲਈ ਉਹਨਾਂ ਵੱਲੋਂ ਰਿਸਪੌਂਸ ਆਣਾ ਕਿੰਨਾ ਕੁ ਵਧੀਆ ਸੀ ਕਹ ਅਲੱਗ ਬੇਸਿਕ ਆ ਜਿਹੜਾ ਮੇਰਾ ਗਾਉਣਾ ਸੀ ਮੇਰਾ ਸ਼ੌਂਕ ਸੀ ਆ ਓਕੇ ਸ਼ੌਂਕ ਬਸ ਫਿਰ ਉਹਦੋਂ ਉਹਨਾਂ ਦਾ ਜਦੋਂ ਕਾਲੇ ਰੰਗਦਾ ਯਾਰ ਚੱਲ ਗਿਆ ਫਿਰ ਪ੍ਰੋਫੈਸ਼ਨ 'ਚ ਤਬਦੀਲ ਹੋ ਗਿਆ ਤੇ ਫਿਰ ਲੋਕਾਂ ਨੇ ਇਹਨਾਂ ਪਿਆਰ ਦਿੱਤਾ ਕਾਲੇ ਰੰਗਦਾ ਯਾਰ ਦੀ ਅੱਜ ਵੀ ਪਹਿਚਾਣ ਹੈ ਜੇ ਕੋਈ ਗੱਲ ਕਰੂ ਤਾਂ ਕਾਲੇ ਰੰਗਦੇ ਯਾਰ ਵਾਲਾ ਕਿਰਦ ਗੁਰਵਿੰਦਰ ਬਿੱਲੇ ਗਾਣੇ ਬਹੁਤ ਆ ਜਾਣਗੇ ਬਹੁਤ ਹਿੱਟ ਹੋ ਜਾਣਗੇ ਪਰ ਮੇਰੀ ਜਿਹੜੀ ਪਹਿਚਾਣ ਹੈ ਜਿਹਨੇ ਮੇਰੀ ਜੜ ਲਾਈ ਹੈ ਤਾਂ ਉਹ ਕਾਲੇ ਰੰਗਦਾ ਯਾਰ ਹੈ ਕੀ ਬਾਤ ਹੈ ਇਹ ਗਾਣਾ ਵੀ ਆਪਾਂ ਸੁਣਨਾ ਹੈਗਾ ਤੁਹਾਡੇ ਤੋਂ ਪਰ ਇੱਕ ਹਲਕਾ ਜਿਹਾ ਸਵਾਲ ਹੋ ਰਿਹਾ ਵੀ ਇਹ ਜਿਹੜਾ ਸਫਰ ਹੈ ਇੱਥੇ ਤੱਕ ਰੱਬ ਦਾ ਨਾਲ ਲੱਗ ਗਿਆ ਨਹੀਂ ਨਹੀਂ ਬਹੁਤ ਜ਼ਿਆਦਾ ਸਟਰਗਲ ਕੀਤੀ ਮੈਂ ਮੈਂ ਕਹਿੰਦਾ ਜਦ ਸਭ ਮੈਂ 2007 ਦੇ ਵਿੱਚ ਮੈਂ ਸਿੱਖਣਾ ਸ਼ੁਰੂ ਕੀਤਾ ਸੀ ਰਾਈਟ 30 ਅਗਸਤ ਦਿਨ ਸੈਟਰਡੇ ਅੱਛਾ ਮੇਰੀ ਯਾਦ ਵੀ ਹੈ ਕੋਈ ਜਿਹੜੇ ਟੀਚਰ ਸੀ ਰਵਿੰਦਰਨ ਸਿੰਘ ਉਹਨਾਂ ਨੇ ਮੇਰੀ ਜਿਹੜੀ ਪਹਿਲੀ ਮੈਂ ਕਿਤਾਬ ਲੈ ਕੇ ਗਿਆ ਸੀ ਬੁੱਕ ਲੈ ਕੇ ਗਿਆ ਸੀ ਉਹਦੇ ਤੇ ਉਹਨੇ ਡੇਟ ਪਾਈ ਸੀ ਆਪਣੇ ਹੱਥੀ ਨਾਲ ਮੇਰੀ ਲਿਖਾਈ ਬਹੁਤ ਹੀ ਮਾੜੀ ਸੀਗੀ ਓਕੇ ਤੇ ਉਹਦੇ ਤੇ ਸਾਰਗਮ ਲਿਖੀ ਸੀ ਇਹਦਾ ਕਿਆ ਬਾਤ ਤੇ ਅਮਰੇ ਯਾਰ ਅੱਜ ਵੀ ਮੇਰੇ ਸਾਹਮਣੇ ਰੱਖੀ ਹੋਈ ਹੈ 1997 ਵਿੱਚ ਮੈਂ ਸਿੱਖਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਸਿੱਖਦਾ ਹੀ ਆ ਸਾਰੀ ਸਟੱਡੀ ਤੇ ਬਾਕੀ ਮਿੱਤਰ ਦੋਸਤ ਮੇਰੇ ਵਧੀਆ ਸੀ ਜੋ ਕਿ ਵਧੀਆ ਸੁਰੀਲੇ ਗਾਇਕ ਸੀਗੇ ਪਰ ਇੱਕ ਮੈਂ ਜ਼ਰੂਰ ਕਹਣਾ ਵੀ ਸਿੱਖਣਾ ਹਰ ਇੱਕ ਸਿੰਘ ਨੂੰ ਬਹੁਤ ਜ਼ਰੂਰੀ ਹੈ ਇੱਕ ਲੌਂਗ ਟਾਈਮ ਜੇ ਤੁਸੀਂ ਨੇ ਕੰਮ ਕਰਨਾ ਹੈ ਪੜ੍ਹਨਾ ਤੇ ਸਿੱਖਣਾ ਜਿਹੜਾ ਹੈ ਬਿਲਕੁਲ ਜ਼ਰੂਰੀ ਕਿਉਂਕਿ ਤੁਹਾਡਾ ਬੇਸ ਬਣ ਜਾਏ ਜਿਸ ਤੁਹਾਨੂੰ ਕਹਦੇ ਕੋਈ ਇਦਾਂ ਦਾ ਗਾਉਣਾ ਤੁਸੀਂ ਇਦਾਂ ਨਾ ਗਾਓ ਸੂਫੀ ਗੌਰਮੈਂਟ ਗਾਓ ਬੀਡ ਗਾਓ ਹਰ ਤਨ ਦਾ ਛੋੜੇ ਮੂੰਹ ਜਚਣਾ ਚਾਹੀਦਾ ਹੈ ਤਾਂ ਸਿੱਖਣ ਦੇ ਕਰਕੇ ਹੈ ਵਾਕੇ ਸਹੀ ਗੱਲ ਹੈ ਅੱਛਾ ਪਹਿਲਾਂ ਹੁਣ ਆਪਾਂ 2007 ਤੋਂ ਅੱਗੇ ਵਧੀਏ ਹਾਂ ਬਿਲਕੁਲ 2007 ਵਾਲਾ ਮਾਹੌਲ ਫਿਰ ਤੋਂ ਵੰਦ ਹੋ ਰੇ ਮੇਰਾ ਕਾਲੇ ਰੰਗ ਦਾ ਯਾਰ ਯਾਦ ਕਰਾ ਦਿਓ ਜੀ ਹਾਂ ਉਹ ਕੀ ਹੋਇਆ ਮੇਰਾ ਸਜਣ ਕਾਲਾ ਵੇ ਮੈਂ ਕੁੜੀਆਂ ਦੀ ਸਰਦਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਤੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਵੇ ਵਾਹ ਜੀ ਵਾਹ ਕੀ ਬਾਤ ਹੈ ਅੱਜ ਵੀ ਉਹ ਜਿਹੜੀ ਮਠਾਸ ਹੈਗੀ ਆ ਮੇਰੇ ਇੱਕ ਮਿੱਤਰ ਹੁੰਦਾ ਉਹ ਹਮੇਸ਼ਾ ਗੁੰਗਣਾਉਂਦਾ ਰਹਿੰਦਾ ਸੀਗਾ ਉਹਨੇ ਤੁਹਾਡੇ ਆ ਗਾਣਾ ਗਾ ਕੇ ਬਹੁਤ ਆਪ ਵੀ ਬਹੁਤ ਸ਼ੌਕ ਕੀ ਤੇ ਹੈਗੇ ਨੇ ਜਦਾਂ ਤਾਂ ਬਹੁਤ ਮਿਠਾਸਪਰੀ ਤੁਹਾਡੀ ਆਵਾਜ਼ ਨੂੰ ਹਰੇਕ ਨੇ ਸਰਾਇ ਹੈਗਾ ਪਸੰਦ ਕੀਤਾ ਪਰ ਇਹ ਆਵਾਜ਼ ਨੂੰ 2007 ਤੋਂ ਬਾਅਦ 2010 ਵਿੱਚ ਮੇਰੇ ਖਿਆਲ ਚ ਦੁਆਰਾ ਕੋਈ ਜਿਹੜਾ ਆਪਣਾ ਉਹ ਤੁਹਾਡਾ ਐਲਬਮ ਤੁਸੀਂ ਇੱਕ ਫੁੱਲ ਫਲੈਜ ਤਿਆਰ ਕੀਤੀ ਸੀਗੀ ਕੋਈ ਖਾਸ ਕੋਈ ਖਾਸ ਤੇ ਇਹ ਕਾਹ ਤੋਂ ਇੰਨਾ ਟਾਈਮ ਲੱਗ ਗਿਆ ਫਿਰ 3 ਸਾਲ ਕਿਉਂਕਿ 3 ਸਾਲ ਦੇ ਵਿੱਚ ਕੋਈ ਮੈਂ ਸੋਚਿਆ ਥੋੜੇ ਸੀ ਮੈਂ ਸਿੰਗਰ ਬਣਨਾ ਨਹੀਂ ਸਿੰਗਰ ਜ਼ਰੂਰ ਬਣਨਾ ਪਰ ਇਹ ਸੋਚਿਆ ਸੀ ਵੀ ਆਪਦੇ ਜੇਬ ਚ ਪੈਸੇ ਲਾ ਕੇ ਨਹੀਂ ਬਣਨਾ ਹੈਗਾ ਅੱਛਾ ਹਾਂ ਕਿਉਂਕਿ ਇੱਕ ਕੰਪਨੀ ਲਾਂਚ ਕਰੇ ਮਿਡੋਕਰ ਫੈਮਿਲੀ ਚੋਂ ਸੀ ਡੇਢ ਜੌਬ ਕਰਦੇ ਸੀਗੇ ਤੇ ਕੋਈ ਇਦਾਂ ਦਾ ਨਹੀਂ ਸੀਗਾ ਵੀ ਆਪਣੀ ਜੇਬ ਚੋਂ ਲਾ ਪਰ ਜੇ ਤੁਸੀਂ ਕਹਿ ਆਪੀ ਬਲੋਂ ਕੋਈ ਨਾ ਕੋਈ ਤੁਹਾਨੂੰ ਹੱਥ ਪਾਈ ਲੈਂਦਾ ਨਾ ਉਸ ਵੇਲੇ ਹੈਗਾ ਸਿਟ ਰੈਂਡ ਇਦਾਂ ਦਾ ਰਾਈਟ ਤੇ ਬਸ 2007 ਦੇ ਵਿੱਚ ਉਹ ਮੈਂ ਸਟੱਡੀ ਵੀ ਕਰਦਾ ਸੀਗਾ ਹਮ ਹਮ ਉਸਰ ਗਾਣਾ ਹੌਲੀ ਹੌਲੀ ਫੇਮ ਹੋ ਗਿਆ ਤੇ ਫਿਰ ਕਾ ਕਾਫੀ ਕੰਪਨੀਆਂ ਨੇ ਮੈਨੂੰ ਅਪਰੋਚ ਕੀਤੀ ਸੀਗੀ ਓਕੇ ਨਾ ਨਵੀਆਂ ਕੰਪਨੀਆਂ ਨੇ ਵੀ ਅਸੀਂ ਕਰੀ ਲਾਂਚ ਅਸੀਂ ਕਰੀ ਪਰ ਜਿਨ੍ਹਾਂ ਨਾਲ ਮੇਰੀ ਕਮਿਟਮੈਂਟ ਹੋਈ ਤੇ ਉਹਨਾਂ ਨੇ ਫਿਰ ਮੇਰੀ ਕੋਈ ਖਾਸ 2010 ਦੇ ਵਿੱਚ ਪਹਿਲੀ ਐਲਬਮ ਆਈ ਸੀ ਅੱਛਾ ਇਹ ਨਹੀਂ ਉਹਨਾਂ ਨੇ ਕਿਹਾਗਾ ਵੀ ਯਾਰ ਸਿੰਗਲ ਟਰੈਕ ਕਰਾ ਲੈਣਾ ਮੁੰਡੇ ਤੋਂ ਯਾਰ ਕੈਸਟ ਵਿੱਚ ਕਾ ਤੇ ਰਿਸਕ ਲੈਣਾ ਹੈਗਾ ਨਹੀਂ ਸਿੰਗਲ ਟਰੈਕ ਦਾ ਟ੍ਰੈਂਡ ਹੀ ਹੋਣਾ ਹੈ ਪਿਛਲੇ ਤੋਂ ਮੈਂ ਸਾਲ ਡੇਢ ਦੋ ਸਾਲ ਤੋਂ ਹੀ ਹੋ ਰਿਹਾ ਪਹਿਲਾਂ ਤਾਂ ਐਲਬਮ ਦਾ ਹੁੰਦਾ ਸੀ ਤਾਂ ਕਿਸੇ ਨੇ ਉਹ ਕੰਪਨੀ ਤੱਕ ਤੁਹਾਨੂੰ ਪਹਚਾਣ ਤੱਕ ਕਿਸੇ ਨੇ ਮਦਦ ਕੀਤੀ ਜਾਂ ਫਿਰ ਕੰਪਨੀ ਖੁਦ ਹਾਂਜੀ ਉਹ ਜੀ ਇੱਕ ਪੱਤਰਕ ਜੀਤ ਤੋਂ ਮਾਨਸਾ ਡਿਸਟ੍ਰਿਕਟ ਦੇ ਹੈਡ ਨੇ ਉਹ ਓਕੇ ਉਹਨਾਂ ਨਾਲ ਮੇਰਾ ਬਹੁਤ ਪ੍ਰੇਮ ਸੀ ਕਿਉਂਕਿ ਮੇਰਾ ਡਿਸਟ੍ਰਿਕਟ ਵੀ ਮਾਨਸਾ ਹੈ ਸਾਡਾ ਮੇਰਾ ਪਿੰਡ ਉਹਨਾਂ ਦੇ ਨੀਅਰ ਹੀ ਹੈਗਾ ਹਾਂਜੀ ਹਾਂ ਤੇ ਉਹ ਉਸ ਕੰਪਨੀ ਦੇ ਜਿਹੜੇ ਓਨਰ ਸੀਗੇ ਉਹ ਵੀ ਮੀਡੀਆ ਲੈਣਦੇ ਸੀਗੇ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਉਹਨਾਂ ਨੇ ਗੱਲ ਕੀਤੀ ਵੀ ਹਾਂ ਵੀ ਆਪਣਾ ਤੁਹਾਡਾ ਗਾਣਾ ਗਾਇਆ ਜਿਹੜਾ ਮੁੰਡੇ ਨੇ ਵੀ ਉਹ ਮੁੰਡੇ ਨੂੰ ਆਪਾਂ ਲਾਂਚ ਕਰੀਏ ਇਦਾਂ ਕਰਕੇ ਦੋ ਤਿੰਨ ਹੋਰ ਪਰਸਨ ਵਿੱਚ ਜੁੜੇ ਤਾਂ ਫਿਰ ਸਾਡੀ ਐਲਬਮ ਰੈਡੀ ਹੋ ਗਿਆ ਕੀ ਬਾਤ ਹੈ ਵਾਹ ਦੋਸਤੋ ਕੁਲਵਿੰਦਰ ਬਿੱਲਾ ਭਾਈ ਨਾਲ ਅਜੇ ਗੱਲਾਂ ਬਾਤਾਂ ਦਾ سلسلہ ਸ਼ੁਰੂ ਕੀਤਾ ਆਪਾਂ ਨੇ ਤੇ ਪੁੱਛਣਾ ਹੈਗਾ ਕਿ ਇਹਨਾਂ ਨੂੰ ਕਿਹੜੇ ਸਿੰਗਰ ਨੇ ਪ੍ਰੇਰਿਤ ਕੀਤਾ ਕਿਹਨਾਂ ਦੀ ਆਵਾਜ਼ ਨੇ ਪ੍ਰੇਰਿਤ ਕੀਤਾ ਇਸ ਫੀਲਡ ਦੇ ਵਿੱਚ ਆਉਣ ਦੇ ਲਈ ਤੁਸੀਂ ਕਿਦਾਂ ਨਾਲ ਅਜੇ ਗੱਲਾਂ ਬਹੁਤ ਅਜੇ ਆਪਾਂ ਕਰਨੀਆਂ ਨੇ ਮਿਲਦਿਆ ਇੱਕ ਨਿੱਕੀ ਜਿਹੀ ਪਿਆਰੀ ਜਿਹੀ ਬ੍ਰੇਕ ਤੋਂ ਬਾਅਦ ਬੈਲੀਓ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਨਿਗਾ ਸਵਾਗਤ ਹੈ ਜੀ ਤੁਸੀਂ ਵੇਖ ਰਹੇ ਹੋ ਪੀਟੀਸੀ ਸੁਪਰਸਟਾਰ ਤੇ ਅੱਜ ਜਿਹੜੇ ਸੁਪਰਸਟਾਰ ਨਾਲ ਤੁਹਾਨੂੰ ਮੈਂ ਮਿਲਵਾ ਰਿਹਾ ਮੈਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਕੁਲਵਿੰਦਰ ਪੀਲਾਪਾ ਜੀ ਤੇ ਸੁਪਰਸਟਾਰ ਆਪਣੇਾਂ ਵਿੱਚ ਇੱਕ ਬਹੁਤ ਵੱਡਾ ਸ਼ਬਦ ਆ ਜਾਂਦਾ ਜੀ ਕਿਹਨੇ ਤੁਹਾਡਾ ਦਾ ਭਰਾ ਹੈ ਬਈ ਤੇ ਨਹੀਂ ਭਰਾ ਤਾਂ ਹੈਗੇ ਬਿਲਕੁਲ ਜੇ ਅੱਪਾ ਸ਼ੁਰੂ ਤੇ ਜੁੜੇ ਹੋਏ ਤਾਂ ਉਹੀ ਹੋਰ ਖੁਜ ਹੋਰ ਜ਼ਿਆਦਾ ਖੁਸ਼ੀ ਮੈਂ ਤਾਂ ਹੀ ਕਹ ਰਿਹਾ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੈ ਕਿ ਅੱਜ ਇੱਕ ਭਰਾ ਜਦੋਂ ਤੁਹਾਡਾ ਸਫਰ ਸ਼ੁਰੂ ਐ ਸੀ ਉਦੋਂ ਦੇ ਤੁਹਾਨੂੰ ਦੇਖਦੇ ਆ ਰਹੇ ਸੀ ਤੇ ਤਰੱਕੀਆਂ ਤੇ ਜਾ ਰਹੇ ਹੋ ਤੇ ਇੱਕ ਹੌਸਲਾ ਸਾਰਿਆਂ ਨੂੰ ਮਿਲਦਾ ਸਾਨੂੰ ਹੀ ਮਿਲਦਾ ਬਿਲਕੁਲ ਬਈ ਬਿਲਕੁਲ ਕਿ ਹਰ ਕੋਈ ਉੱਥੇ ਪਹੁੰਚ ਸਕਦਾ ਉਸ ਮੰਜ਼ਲ ਤੇ ਅੱਛਾ ਇਸ ਮੰਜ਼ਲ ਤੇ ਪਹੁੰਚਣ ਦੀ ਤਾਂ ਗੱਲ ਹੈਗੀ ਹੈਗੀ ਆ ਮੈਂ ਗੱਲ ਬ੍ਰੇਕ ਤੋਂ ਪਹਿਲਾਂ ਛੱਡ ਗਿਆ ਸੀ ਕਿਹੜੇ ਸਿੰਗਰ ਦੀ ਆਵਾਜ਼ ਨੇ ਉਹਨੂੰ ਇਨਸਪਾਇਰ ਕੀਤਾ ਪਹਿਲੀ ਦਫਾ ਬੇਸ਼ੱਕ ਸਕੂਲ ਵਿੱਚ ਸੀਗੇ ਕਾਲਜ ਵਿੱਚ ਸੀਗੇ ਤੁਸੀਂ ਵੀ ਅ ਸਿੰਗਿੰਗ ਯਾਰ ਬੜੀ ਵਧੀਆ ਚੀਜ਼ ਹੈ ਹੁੰਦਾ ਨਾ ਦਿਮਾਗ ਦੇ ਵਿੱਚ ਆਉਂਦਾ ਵੀ ਗਲੈਮਰਸ ਵਰਲਡ ਹੈ ਕਿਹਨਾਂ ਦੀ ਆਵਾਜ਼ ਸੁਣ ਕੇ ਤੁਸੀਂ ਅਦਰਲੇ ਪਾਸੇ ਚਕਾਵਾ ਆਇਆ ਪਤਾ ਨਹੀਂ ਤਵੀ ਕਿ ਐਸਾ ਨਹੀਂ ਵੀ ਕੰਨੇਦਾਂ ਦੇ ਸੀਗੇ ਕੋਈ ਫੈਮਿਲੀ ਫੈਕਟਰ ਵੀ ਨਹੀਂ ਸੀਗਾ ਵੀ ਘਰੇ ਕੋਈ ਗਾਉਂਦਾ ਸੀਗਾ ਹਾਂਜੀ ਤੇ ਕੋਈ ਜੱਟ ਫੈਮਿਲੀ ਸੋ ਇਦਾਂ ਨੂੰ ਹੈ ਨਹੀਂ ਹਿਸਾਬ ਤਾਂ ਨੇੜੇ ਤੇੜੇ ਨਹੀਂ ਸੀਗਾ ਕੋਈ ਹਾਂਜੀ ਪਰ ਕੰਨਾਂ ਤੋਂ ਹੀ ਬਚਪਨ ਤੋਂ ਇੱਕ ਗੋਡ ਗਿਫਟ ਸੀ ਕਿ ਵਧੀਆ ਸੁਣਨ ਦੀ ਸ਼ੁਰੂਤ ਆਸ ਸੀ ਬਿਲਕੁਲ ਤੇ ਜਦੋਂ ਛੋਟਾ ਹੁੰਦਾ ਜਿਹੜੀ ਪਹਿਲੀ ਸਟੇਜ ਮੈਂ ਸ਼ ਉਹ ਬਚਪਨ ਚ ਮੇਰੀ ਸਿਸਟਰ ਨਾਲ ਕਿਤੇ ਫੇਰਵਲ ਪਾਰਟੀ ਤੇ ਗਿਆ ਸੀਗਾ ਅੱਛਾ ਜੀ ਉਦੋਂ ਮੈਂ ਸੁਖਵਿੰਦਰ ਦਾ ਗੀਤ ਗਾਇਆ ਸੀਗਾ ਸੁਖਵਿੰਦਰ ਸਿੰਘ ਅੱਛਾ ਜੀ ਹਾਂ ਤੇ ਮੈਂ ਕਹਿੰਨੀ ਵੀ ਸ਼ੁਰੂਆਤ ਮੇਰੀ ਉਸ ਬੰਦੇ ਕਿਹੜਾ ਗੀਤ ਕਿਹੜਾ ਸੀ ਉਹ ਇੱਕ ਨਵੇਂ ਸਾਲ ਦਾ ਪ੍ਰੋਗਰਾਮ ਆਇਆ ਸੀ ਨਾਰਾ ਲੱਪਾ ਲਾਰਾ ਹਾਂ ਹਾਂ ਛੋਟੇ ਬੱਚਿਆਂ ਦੇ ਵਾਲਾ ਗਾਣਾ ਸੀਗਾ ਹਮਨੇ ਮੈਂ ਹੈਵੀ ਬੱਚਾ ਸੀ ਤੇ ਉੱਥੋਂ ਸ਼ੁਰੂਆਤ ਹੋਈ ਸੀ ਸੁਣਾ ਸਕਦੇ ਥੋੜਾ ਗੁਰੂ ਜੀ ਹਾਂ ਥੋੜਾ ਜਿਹਾ ਸੁਣਾਉਂਗਾ ਮੇਰੇ ਯਾਦ ਉਹ ਥੋੜਾ ਜਿਹਾ ਉਹ ਲਾਰਾ ਲੱਪਾ ਲਾਰਾ ਲੱਪਾ ਲਾਰਾ ਲਾਰਾ ਲੱਪਾ ਲਾਰਾ ਲੱਪਾ ਲਾਰਾ ਲਾਰਾ ਲੱਪਾ ਲਾਰਾ ਲਾਰਾ ਲੱਪਾ ਲਾਰਾ ਮੈਨੂੰ ਇੱਕ ਖੇਡ ਚ ਤੇ ਆਈ ਓਏ ਫਾਜੀ ਪਾਜੀ ਕੁੱਕੜਾ ਪਦੌੜ ਬਿੱਲੀ ਆਈ ਲਾਰਾ ਲੱਪਾ ਲਾਰਾ ਲੱਪਾ ਲਾਰਾ ਲਾਰਾ ਲੱਪਾ ਲਾਰਾ ਲੱਪਾ ਲਾਰਾ ਆਏ ਹਾਏ ਕੀ ਬਾਤ ਹੈ ਘਰ ਮੈਂ ਵੀ ਮਨੇ ਚੇਤਾ ਆ ਗਿਆ ਉਹ ਦੇਖਿਆ ਮੈਂ ਕੀ ਤੁਹਾਨੂੰ ਮੈਨੂੰ ਤੁਹਾਡੇ ਸੁਣਾਉਣ ਤੋਂ ਬਾਅਦ ਚੇਤਾ ਸੋ ਸੁਖਵਿੰਦਰ ਸਿੰਘ ਭਾਜੀ ਦੀ ਆਵਾਜ਼ ਤੋਂ ਤੁਹਾਨੂੰ ਕਿਤੇ ਨਾ ਕਿਤੇ ਖਿੱਚ ਪਈ ਹੈ ਇਹ ਨਹੀਂ ਉਹ ਇਹਨਾਂ ਨੇ ਕੋਈ ਹੋਰ ਗਾੜਾ ਬੜਾ ਵਧੀਆ ਗਾਣਾ ਲਾਦਾ ਮੈਨੂੰ ਉਹ ਥੋੜਾ ਮੈਂ ਸੁਣਾਉਂਗਾ ਜਿਹੜਾ ਮੈਨੂੰ ਬੜਾ ਵਧੀਆ ਲੱਗਦਾ ਹਾਂ ਹੋਸੀ ਹੋ ਕੱਚੀ ਗੰਦਲ ਸਰੋਂ ਦੇ ਫੁੱਲ ਵਰਗੀ ਸਰੋਂ ਦਾ ਸਾਗ ਤੋੜਦੀ ਫਿਰੇ ਸਰੋਂ ਦਾ ਸਾਗ ਤੋੜਦੀ ਫਿਰੇ ਸਿੰਗੂnder ਸਾਹਿਬ ਨੇ ਮੈਨੂੰ ਬਹੁਤ ਜਿਆਦਾ ਵਾਹ ਜੀ ਵਾਹ ਅੱਛਾ ਉਹ ਸਫਰ ਦੀ ਸ਼ੁਰੂਆਤ ਸੀ ਕਿ ਨਹੀਂ ਖਿੱਚ ਪੈਣ ਦਾ ਬਲ ਕੇਂਦਰ ਸੀਗਾ ਕਿਤੇ ਨਾ ਕਿਤੇ ਉਹ ਤੋਂ ਬਾਅਦ ਬੈਕ ਟੂ ਬੈਕ ਟਾਈਮ ਟੇਬਲ ਦੀ ਗੱਲ ਕਰ ਲਈਏ ਜਾਂ ਫਿਰ ਤੋਂ ਪੰਜਾਬ ਦੀ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਮੈਂ ਕਿਹਾ ਇੱਥੇ ਗੱਲ ਛੇੜਦੇ ਹਲਕੀ ਜਿਹਾ ਆਪਾਂ ਸੋਚੇ ਸਰਵੇਂ ਵਾਲ ਜਾਂਦੇ ਜਾਂਦੇ ਇਹ ਪੰਜਾਬ ਇੱਕ ਆਪਣੇ ਆਪ ਵਿੱਚ ਮੇਰੇ ਖਿਆਲ ਤੁਹਾਡੇ ਲਈ ਆਪਾਂ ਹੋਰ ਵੀ ਗੱਲਾਂ ਕੀਤੀਆਂ ਵੀ ਮਾਨ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਇੱਕ ਸਟੇਜ ਸ਼ੋਅ ਤੇ ਤੁਹਾਡਾ ਉਹ ਮੋਮੈਂਟ ਕਿਹੋ ਜਿਹਾ ਸੀ ਤੁਹਾਡੇ ਲਈ ਜੀ ਨਾਲ ਕੁਝ ਕੁ ਗਾਣੇ ਹੁੰਦੇ ਨੇ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਇੱਕ ਫਕਰ ਬਣ ਜਾਂਦੇ ਨੇ ਵੀ ਮੈਂ ਗਾਇਆ ਹੈ ਹਰ ਇੱਕ ਸਿੰਗਰ ਸੋਚਦਾ ਵੀ ਇਹ ਸ਼ਾਇਦ ਮੇਰੇ ਹਿੱਸੇ ਆਇਆ ਹੁੰਦਾ ਪਰ ਮੈਂ ਗੌਰ ਦਾ ਥੈਂਕਸ ਕਰਦਾ ਕਿ ਉਹ ਰਾਈਟਰ ਦਾ ਵੀ ਮੇਰੇ ਹਿੱਸੇ ਆਇਆ ਉਹ ਗਾਣਾ ਕੀ ਬਾਤ ਹੈ ਜੀ ਇੰਨੀ ਵਧੀਆ ਦੀ ਕੰਪੋਜ਼ ਹੋਈ ਇੰਨਾ ਵਧੀਆ 뮤직 ਹੋਇਆ ਇੰਨਾ ਵਧੀਆ ਵੀਡੀਓ ਹੈ ਸਾਰ ਇੱਕ ਓਵਰਆਲ ਪੈਕੇਜ ਇੰਨਾ ਵਧੀਆ ਬਣ ਗਿਆ ਸੀਗਾ ਜੀ ਹਰ ਇੱਕ ਬੱਚੇ ਦੇ ਮੂੰਹੋਂ ਇਹ ਲੱਗਣ ਲੱਗਿਆ ਸੀ ਵੀ ਸਾਡੀ ਗੱਲ ਆ ਮੇਰਾ ਗੱਲ ਆ ਮੇਰਾ ਪੰਜਾਬ ਆ ਤੇ ਉਸ ਗਾਣੇ ਨੂੰ ਆਪਣੇ ਲੀਜ਼ ਐਂਡ ਗੁਰਦਾਸ ਮਾਨ ਸਾਹਿਬ ਜਿਨੂੰ ਹਰ ਬੰਦਾ ਸੋਚਦਾ ਵੀ ਉਹਨਾਂ ਵਰਗਾ ਮੈਂ ਕਰ ਬਣ ਸਕਾਂ ਕੀ ਬਾਤ ਹੈ ਬਿਲਕੁਲ ਜੀ ਹਾਂ ਉਹ ਕਿਹਦੇ ਪ੍ਰੋਗਰਾਮ ਤੇ ਇਕੱਠੇ ਹੋਏ ਜੀ ਉਸ ਤੋਂ ਪਹਿਲਾਂ ਮਾਨ ਸਾਹਿਬ ਨੇ 2-3 ਪ੍ਰੋਗਰਾਮ ਆਸਟ੍ਰੇਲੀਆ ਕਰਕੇ ਆਏ ਸੀਗੇ ਕਾਫੀ ਸ਼ੋਅ ਸੀ ਉੱਥੇ ਵੀ ਹਰ ਕਿਤੇ ਗੱਲ ਕਰਦੇ ਸੀ ਇੱਕ ਮੁੰਡਾ ਹੈਗਾ ਵੀ ਜਿਹਨੇ ਇਹ ਗਾਣਾ ਗਾਇਆ ਮੇਰਾ ਜਦੋਂ ਆਪਣਾ ਉਹ ਗਾਣਾ ਗਾਣਾ ਸ਼ੁਰੂ ਕਰਦੇ ਸੀ ਆਪਣਾ ਪੰਜਾਬ ਹੋਵੇ ਉਸ ਤੋਂ ਪਹਿਲਾਂ ਮੇਰੇ ਗਾਣੇ ਦੇ ਸਤਾਈ ਗਾਉਂਦੇ ਮੇਰੇ ਬਾਅਦ ਵੀ ਗੱਡੀ ਬੱਡੀ ਗੱਲਾਂ ਵੀ ਮਾਨ ਸਾਹਿਬ ਮੇਰਾ ਗਾਣਾ ਗਾ ਰਹੇ ਨਗੇ ਪ੍ਰੋਗਰਾਮਾਂ ਤੇ ਨਾ ਤੇ ਉੱਥੇ ਇੱਕ ਕਿਸੇ ਸਟੇਜ ਤੇ ਬੋਲੇ ਕਿ ਨਹੀਂ ਜੇ ਇਹ ਮੁੰਡੇ ਨੂੰ ਕੋਈ ਤੁਹਾਡੇ ਚ ਕੋਈ ਜਾਣਦਾ ਤਾਂ ਜਰੂਰ ਮੈਸੇਜ ਪਹੁੰਚਾਓ ਵੀ ਇਹ ਮੁੰਡੇ ਨੇ ਬਹੁਤ ਵਧੀਆ ਗਾਇਆ ਤੇ ਮੇਰੇ ਵੱਲੋਂ ਵਾਹ ਜੀ ਵਾਹ ਫਿਰ ਮੈਨੂੰ ਉੱਥੋਂ ਮੇਰੇ ਦੋਸਤਾਂ ਦੇ ਦੋ ਚਾਰ ਸਹਗੀ ਸੀ ਉਹਨਾਂ ਨੂੰ ਬੜੇ ਫੋਨ ਆਏ ਉਹਨਾਂ ਦੇ ਵੀ ਨਾਲ ਜਲ ਟੜਕਣ ਲੱਗੇ ਬਾਈ ਕਿੱਡੀ ਵੱਡੀ ਗੱਲ ਹੋ ਗਈ ਕੋਈ ਮਾਨ ਸਾਹਿਬ ਨੇ ਤੁਹਾਡਾ ਨਾਮ ਬੋਲਾ ਇੱਕ ਮੇਰੇ ਤਾਂ ਟੜਕਣੀ ਟੜਕਣੇ ਜੀ ਮਾਨ ਸਾਹਿਬ ਨੇ ਮੇਰੇ ਦੋਸਤਾਂ ਦਾ ਦਿਲ ੜਕਾਇਆ ਹੈ ਨਾ ਬਿਲਕੁਲ ਫਿਰ ਥੋੜੇ ਟਾਈਮ ਬਾਅਦ ਹੀ ਕਿ ਸਬਬ ਇੰਨਾ ਬਣੇ 15 20 ਦਿਨ ਦੇ ਬਾਅਦ ਹੀ ਕਿਸੇ ਪ੍ਰੋਗਰਾਮ ਤੇ ਮਾਨ ਸਾਹਿਬ ਪ੍ਰੋਗਰਾਮ ਲਾ ਰਹੀ ਸੀ ਮੈਂ ਐਜ ਇੱਕ ਗੈਸਟ ਉੱਥੇ ਪ੍ਰੋਗਰਾਮ ਤੇ ਵੈਸੇ ਪਹੁੰਚਿਆ ਹੋਇਆ ਸੀ ਕੋਈ ਮੈਰੇ ਸ਼ੋਅ ਸੀ ਮਾਨ ਸਾਹਿਬ ਦੀ ਨਜ਼ਰ ਪਈ ਤੇ ਉੱਥੋਂ ਗ ਮੇਰਾ ਸਭ ਤੋਂ ਫੇਵਰਿਟ ਗੀਤ ਹੈ ਮੇਰਾ ਦੇਸ਼ ਹੋਵੇ ਪੰਜਾਬ ਤੇ ਵੀ ਮੈਂ ਚਾਹੂਗਾ ਵੀ ਦੋ ਬੋਲ ਸਾਂਝ ਜਰੂਰ ਕਰੇ ਫਿਰ ਮਾਨ ਸਾਹਿਬ ਨੇ ਮੇਰੇ ਨਾਲ ਅਸੀਂ ਇਕੱਠਿਆਂ ਨੇ ਗਾਇਆ ਮਾਨ ਸਾਹਿਬ ਨੇ ਢਫਲੀ ਵਜਾਈ ਤੇ ਹਾਏ 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 ਵਾਹ ਮੂਮੈਂਟ ਕਰੇ ਜ਼ਿੰਦਗੀ ਦੇ ਵਿੱਚ ਨਾ ਭੁੱਲਣ ਵਾਲਾ ਵਾਹ ਜੀ ਵਾਹ ਹਾਂ ਮਤਲਬ ਜਦ ਮੋੜੀ ਮੋੜ ਦੁਨੀਆ ਵਿੱਚ ਆ ਮੇਰਾ ਦੇਸ਼ ਉਹ ਗਾਣੇ ਦੀ ਫੀਲਿੰਗ ਸੀ ਬਹੁਤ ਵੱਖਰੀ ਮਤਲਬ ਮੈਂ ਹੁਣ ਗੱਲ ਕਰ ਰਿਹਾ ਤਾਂ ਇਕਦਮ ਗੂਜ਼ਬੰਮਸ ਟੋਂਟੇ ਖੜੇ ਹੋ ਰਹੇ ਨੇ ਮੈਂ ਚਾਹੁੰਨਾ ਕਿ ਆਪਾਂ ਜਿਹਦਾ ਸਾਰੇ ਵੀ ਸੋਚ ਰਹੇ ਹੋਣੇ ਇਸ ਵਕਤ ਵੀ ਉਹ ਗਾਣਾ ਸੁਣ ਲਈ ਆਪਾਂ ਸੋਚ ਸੀ ਕੁਛ ਵੀ ਬਣ ਕੇ ਆਵਾ ਕੀੜਾ ਮਕੌੜਾ ਕੁਛ ਐਨੀਥਿੰਗ ਤਾਂ ਮੈਂ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ। ਕੀ ਬਾਤ ਹੈ। ਮੈਂ ਜਰੂਰ ਸੁਣਾਉਂਗਾ ਉਹ ਗਾਣੇ। ਮੈਂ ਜਦ ਦੁਨੀਆ ਤੋਂ ਜਾਵਾਂ ਮੁਰ ਫੇਰ ਦੁਆਰਾ ਆਵਾਂ ਮੈਂ ਜੋ ਵੀ ਜੂਨ ਹਡਾ ਮੇਰਾ ਦੇਸ ਹੋਵੇ ਪੰਜਾਬ ਕਈ ਸੂਰਮਿਆਂ ਸਰਦਾਰਾਂ ਦੀ ਕਈ ਸੂਫੀ ਸੰਤ ਫਕੀਰਾਂ ਦੀ ਇਹ ਤਰਤੀਆ ਸ਼ਿਕ ਲੋਕਾਂ ਦੀ ਕਈ ਰਾਂਝੇ ਤੇ ਕਈ ਹੀਰਾਂ ਦੀ ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਆਰਾ ਆਵਾਂ ਮੈਂ ਜੋ ਵੀ ਜੂਨ ਹਟਾਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਕੀ ਬਾਤ ਹੈ ਐਦ ਅਲਸਲਾਮ ਹੈ ਜੀ ਉਸ ਰਾਈਟਰ ਨੂੰ ਸਲਾਮ ਹੈ ਜਿਨ੍ਹਾਂ ਨੇ ਗੀਤ ਲਿਖਿਆ ਤੁਹਾਨੂੰ ਸਲਾਮ ਹੈ ਜੀ ਫਤਿਹ ਸ਼ੇਰ ਗੱਲ ਫਤਿਹ ਬਾਈ ਨੂੰ ਸਲਾਮ ਹੈ ਜੀ ਬਹੁਤ ਪਿਆਰਾ ਗੀਤ ਲਿਖਿਆ ਬਹੁਤ ਪਿਆਰਾ ਨਭਾਇਆ ਤੁਸੀਂ ਯਾ ਨੋ ਅੱਛਾ ਸੂਰਮਿਆ ਦੀ ਗੱਲ ਕੀਤੀ ਹੈ ਤੁਸੀਂ ਕਿਹਨੇ ਉਸ ਤੋਂ ਬਾਅਦ ਸੂਰਮਾ ਵੀ ਤੁਸੀਂ ਲੈ ਕੇ ਆਇਆ ਸੁੱਚਾ ਸੂਰਮਾ ਤੇ ਜਦੋਂ ਲੈ ਕੇ ਆਇਆ ਤੇ ਜਦੋਂ ਪੋਸਟਰ ਸ਼ੇਅਰ ਕਰ ਰਹੇ ਸਾਰਿਆਂ ਨੂੰ ਲੱਗ ਰਿਹਾ ਫਿਲਮ ਆ ਰਹੀ ਹੈ ਬਾਈ ਦੀ ਹਾਂ ਬਿਲਕੁਲ ਉਹਨੂੰ ਵੀ ਸ਼ਾਇਦ ਕਈਆਂ ਦੀ ਕਾਲ ਆਈ ਕਿ ਬਾਈ ਸੁੱਚਾ ਸੂਰਮਾ ਫਿਲਮ ਲੈ ਕੇ ਆ ਰਹੇ ਪਰ ਤੁਸੀਂ ਸੋਚੇ ਉਰ ਮੈਨੂੰ ਫੇਰ ਤੋਂ ਸਾਰੇ ਸਾਹਮਣੇ ਲੈ ਕੇ ਆਯੂਥਸ ਦੇ ਸਾਹਮਣੇ ਇੱਕ ਬਿਲਕੁਲ ਵੱਖਰੇ ਅੰਦਾਜ਼ ਤੇ ਬਹੁਤ ਪਿਆਰ ਨਾਲ ਲੈ ਕੇ ਆਇਆ ਤੇ ਉਹ ਗਾਣਾ ਕਿਦਾਂ ਤੁਹਾਡੀ ਝੋਲੀ ਵਿੱਚ ਪਿਆ ਅਸੀਂ ਇੱਕ ਮੀਟਿੰਗ ਤੇ ਬੈਠੇ ਸੀ ਬੰਟੀ ਬੈਂਡਸ ਮੇਰਾ ਰਿਸ਼ਤੇਦਾਰ ਵੀ ਹੈ ਹਾਂ ਹਾਂ ਤੇ ਅਸੀਂ ਕਿਸੇ ਗੱਲ ਚੱਲਦੇ-ਚੱਲਦੇ ਉਹਨੇ ਇੱਕ ਪਹਿਲੀ ਲਾਈਨ ਮੈਨੂੰ ਸੁਣਾਈ ਹਾਂ ਅਸੀਂ ਕੋਈ ਸੋਚ ਨਹੀਂ ਰਿਸ਼ਤੇਦਾਰ ਅਸੀਂ ਬਹੁਤ ਹੈਗੇ ਪੁਰਾਣੇ ਹਨ ਤੇ ਪਰ ਅਸੀਂ ਗਾਇਆ ਨਹੀਂ ਸੀ ਇੱਕ ਦੂਜੇ ਨਾਲ ਅਸੀਂ ਇਕੱਠੇ ਨਹੀਂ ਸੀ ਹੋਏ ਇਦਾਂ ਓਕੇ ਤੇ ਉਹ ਜਦੋਂ ਸਥਾਈ ਸੁਣਾਈ ਮੈਨੂੰ ਮਾਹਰ ਬੜੀ ਵਧੀਆ ਗੱਲ ਅਸੀਂ ਉਸੇ ਦਿਨ ਤੋਂ ਹੀ ਅਖਬੀਏ ਗਾਣਾ ਐਦਾਂ ਕਰਾਂਗੇ ਵੀ ਆਪਾਂ ਸ਼ੂਟ ਵੀ ਉਦੋਂ ਰੱਖਿਆ ਵੀ ਆਪਾਂ ਐਦਾਂ ਮੈਂ ਦਾੜੀ ਰੱਖੂਗਾ ਜਿੱਦਾਂ ਮਾਨਕ ਸਾਹਿਬ ਦੀ ਦਾੜੀ ਹੁੰਦੀ ਸੀਗੀ ਇੱਥੋਂ ਕਟਵਾ ਦੂੰਗਾ ਇੱਥੇ ਇੰਨੀ ਕੁ ਰੱਖੂਗਾ ਇੰਨੀ ਕੁ ਮੋਛ ਰੱਖੂਗਾ ਤੇ ਵੀ ਢੋਲਕੀ ਵਾਲਾ ਉਤੋਂ ਨਹੀਂ ਲੱਤ ਉਤੋਂ ਨਹੀਂ ਬੈਠੂਗਾ ਠੀਕ ਹੈ ਤੇ ਇੱਕ ਪਿੱਛੇ ਗਾਉਣ ਵਾਲੀ ਬਿਠਾਵਾਂਗੇ ਵੀ ਐਦਾਂ ਸਾਰਾ ਅਸੀਂ ਨੇ ਹਜੇ ਗਾਣਾ ਲਿਖਣਾ ਸੀਗਾ ਪਰ ਵਿਜ਼ੂਅਲਾਈਜ਼ੇਸ਼ਨ ਨੂੰ ਪਹਿਲਾਂ ਹੀ ਕਨਸੈਪਟ ਬਣਾ ਲਈ ਫਿਰ ਹੌਲੀ 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 ਉਹ ਗਾਣਾ ਪੂਰਾ ਕਰਦੇ ਗਏ ਫਿਰ ਸਤਲਨ ਵੀਰ ਹੈ ਮੇਰਾ ਮਿੱਤਰ ਹਾਂ ਉਹਨਾਂ ਨੇ ਉਹਦੀ ਵੀਡੀਓ ਬਣਾਈ ਤੇ ਸਪੀਡ ਰੈਕਡ ਵੱਲੋਂ ਰਿਲੀਜ਼ ਹੋਇਆ ਸੀਗਾ ਬਿਲਕੁਲ 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 ਕੀ ਬਾਤ ਹੈ ਮੈਨੂੰ ਲੱਗਿਆ ਉਹ ਵੀ ਗਾਣਾ ਵੀ ਮੇਰੇ ਹਿੱਸੇ ਆਇਆ ਹੈ ਮੈਂ ਉਹੀ ਦੇਖ ਰਿਹਾ ਵੀ ਜਿਹੜੇ ਤੁਹਾਡੇ ਜਿੱਦਾਂ ਪੰਜਾਬ ਤੁਸੀਂ ਜਦੋਂ ਗਾਇਆ ਮਾਨ ਸਾਹਿਬ ਨੇ ਤਾਰੀਫ ਕੀਤੀ ਤੁਹਾਡੇ ਇਸ ਗੀਤ ਦੀ ਉਸ ਤੋਂ ਬਾਅਦ ਜਿਹੜਾ ਤੁਸੀਂ ਇਹ ਉਸ ਤੋਂ ਬਾਅਦ ਹੋਇਆ ਜਾਂ ਫਿਰ ਪਹਿਲੇ ਹੀ ਮਾਈਂਡ ਵਿੱਚ ਸੀਗਾ ਵੀ ਆਪਾਂ ਨੂੰ ਜਿਹੜੇ ਲੋਕ ਤੱਤਾਂ ਨੂੰ ਟੱਚ ਕਰਦੇ ਹੋਏ ਗੀਤ ਕਾਈਏ ਕਿਤੇ ਨਾ ਕਿਤੇ ਕਿ ਮੈਂ ਪਹਿਰਾਵੀ ਦੀ ਵੀ ਇੱਥੇ ਗੱਲ ਕਰਾਂਗਾ ਤੁਸੀਂ ਇੱਕ ਤਾਂ ਪੰਜਾਬੀ ਗੀਤ ਗੱਲ ਉਹਦੇ ਚ ਸਾਰੀਆਂ ਚੀਜ਼ਾਂ ਐਡੀਆ ਖੂਬਸੂਰਤ ਗਣਾਤੀਆਂ ਫਿਰ ਬੇਸ਼ੱਕ ਟਾਈਮ ਟੇਬਲ ਆਇਆ ਹੋਵੇ ਉਹਦੇ ਤੁਸੀਂ ਆਪਣਾ ਪਹਿਰਾਵਾ ਪੁਰਾਣਾ ਸ਼ੋਅ ਕੀਤਾ ਸੋਚਾ ਸੂਰਮਾ ਆਇਆ ਹੋਵੇ ਤੇ ਜਾਂ ਫਿਰ ਹੁਣ ਡੀਜੇ ਵਜਦਾਵੇ ਉਹਦੀ ਵੀ ਗੱਲ ਕਰਨੀ ਆਪਾਂ ਨੇ ਉਹਦੇ ਵਿੱਚ ਹੀ ਪੁਰਾਣਾ ਟੱਚ ਹਲਕਾ-ਹਲਕਾ ਕਰ ਦਿੱਤਾ ਤਾਂ ਇਹ ਕੀ ਹੈ ਉਹ ਗਾਣੇ ਤੋਂ ਬਾਅਦ ਮਾਈਂਡ ਵਿੱਚ ਆਇਆ ਜਾਂ ਪਹਿਲਾਂ ਹੀ ਸੀਗਾ ਐਕਚੁਅਲੀ ਮੈਨੂੰ ਮੈਂ ਤੁਹਾਨੂੰ ਦੱਸਿਆ ਵੀ ਮੈਂ ਮਾਨਸਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹਾਂ ਹਾਂਜੀ ਉਹਦੇ ਵਿੱਚ ਪਿੰਡ ਹੈ ਮੇਰਾ ਟੈਪੀ ਹਾਂ ਮੈਂ ਆਪਣਾ ਜਿਹੜਾ ਬਚਪਨ ਪਿਛੋਕ ਕਹਿੰਦੇ ਕਿ ਜਮਾ ਬੈਕਵਾਰਡ ਇਲਾਕਾ ਹੈ ਓਕੇ ਮਾਨ ਸਾਹਿਬ ਠੰਡੇ ਨੂੰ ਕਹਿੰਦੇ ਨੇ ਜਮਾ ਬੈਕਵਾਰਡ ਆ ਪਰ ਮੈਨੂੰ ਆਪਣੇ ਤੇ ਬਹੁਤ ਮਾਣ ਆ ਵੀ ਮੈਨੂੰ ਸੱਬਿਆਚਾਰ ਮੇਰੇ ਇਲਾਕੇ ਜਬਹੁਤ ਦਿਖਦਾ ਜੀ ਉਹ ਚੀਜ਼ਾਂ ਮੈਂ ਹੰਡਾਈਆਂ ਨੇ ਟੋਬਿਆਂ ਚ ਨਾਤਾ ਐਵੇਂ ਉੱਤੇ ਲੈਤੇ ਨੇ ਪੂਰੇ ਸਾਰੇ ਉਹ ਲੁੱਤ ਫਲੇ ਹੋਏ ਨੇ ਮੈਂ ਗਲੀਆਂ ਦੇ ਵਿੱਚ ਸਾਈਕਲ ਤੇ ਆਟਾ ਉਟਾਪੇ ਹੁਣ ਜਿਹੜੀ ਮੈਂ ਗੱਲਾਂ ਕੀਤੀ ਸੀ ਆਪਣੀ ਜ਼ਿੰਦਗੀ ਚ ਹੰਡਾਈਆਂ ਹੋਈਆਂ ਨੇ ਤਾਂ ਮੈਨੂੰ ਹਰ ਇੱਕ ਗਾਣਾ ਹੁੰਦਾ ਵੀ ਮੈਂ ਆਪਣੀ ਜ਼ਿੰਦਗੀ ਦੇ ਨਾਲ ਹੰਡਾਇਆ ਉਹ ਹਰ ਇੱਕ ਬੰਦੇ ਨੂੰ ਲੱਗੂਗਾ ਵੀ ਮੇਰਾ ਹੀ ਆ ਸਹੀ ਗੱਲ ਐ ਮੈਂ ਵੱਖਰਾ ਚੱਲਦਾ ਮੈਂ ਫੈਸ਼ਨ ਤੋਂ ਥੋੜਾ ਉ ਵੇਗ ਲੋਕ ਕਰ ਬਸ ਸਾਲੀ ਗੱਲ ਹੋ ਗਈ ਐ ਪਿੱਛੇ ਆਗੇ ਐਂ ਜੰਪ ਮਾਰ ਹਰ ਗਾਣੀ ਦੇ ਵਿੱਚ ਤੂੰ ਗਮਰੇ ਕੁੜਤਾ ਪਜਮਾ ਵੀ ਪਾਇਆ ਹੁੰਦਾ ਰਾਈਟ ਰਾਈਟ ਤੇ ਮੇਰੇ ਕੋਲ ਸਾਈਕਲ ਵੀ ਹੁੰਦਾ ਸਹੀ ਹੈ ਤੇ ਮੇਰੇ ਲਈ ਲੱਕੀ ਨੇ ਉਹ ਚੀਜ਼ਾਂ ਕਿ ਮੈ ਮੈਨੂੰ ਵਧੀਆ ਲੱਗਦਾ ਬਾਕੀ ਸੋਚੇ ਸੁਰਮਾ ਉਸ ਵळे ਨਹੀਂ ਸੋਚਿਆ ਸੀ ਜਦੋਂ ਅਸੀਂ ਪੰਜਾਬ ਕੀਤਾ ਸੀਗਾ ਉਦੋਂ ਬਾਅਦ ਤਾਂ ਕਾਫੀ ਗਾਣੇ ਰਿਲੀਜ਼ ਹੋਏ ਨੇ ਤਿਆਰੀ ਹਾਂ ਦੀ ਸੰਗ ਦੀ ਸੰਗ ਦੀ ਟਾਈਮ ਟੇਬਲ ਚੱਕਵੇਂ ਸੂਟ ਬਸ ਗਾਣਾ ਜਿਉਂ ਜਿਉ ਆਈ ਜਾਂਦਾ ਫਿਰ ਉਹਦਾ ਕਨਸੈਪਟ ਬਣੀ ਜਾਂਦਾ ਫਿਰ ਉਹਦਾ ਨਾ ਰਿਲੀਜ਼ ਹੋ ਜਾਂਦਾ ਮਤਲਬ ਸੋਚਾ ਸੁਰਮਾ ਮੈਂ ਚਾਹਵਾ ਚਾਹਵਾ ਗਾਉ ਸੁਣਨਾ ਇੱਕ ਵਾਰ ਕਿਤੇ ਨਾ ਕਿਤੇ ਕਿਉਂਕਿ ਉਹ ਵੀ ਤੁਹਾਡਾ ਬੈਕ ਟੂ ਬੈਕ ਬਹੁਤ ਸੁਣਿਆ ਤੇ ਖਾਸ ਤੌਰ ਤੇ ਜਦੋਂ ਪੋਸਟਰ ਆਇਆ ਸੀ ਉਹਦੇ ਵੇਟ ਹੋ ਰਹੀ ਸੀਗੀ ਹੁਣ ਇਸ ਸੈਗਮੈਂਟ ਦੇ ਵਿੱਚ ਮੈਨੂੰ ਲਾਲਚ ਆਈ ਜਾ ਰਿਹਾ ਕਿਹੜਾ ਗਾਣਾ ਸੁਣਾ ਕਿਹੜਾ ਨਾ ਸੁਣਾ ਕਿ ਨਹੀਂ ਤਾਂ ਥੋੜਾ ਲਲਚਾ ਰਿਹਾ ਮੈਂ ਬਸ ਆਪਾਂ ਗਾਣਾ ਸੁਣਦੇ ਹਾਂ ਉਸ ਤੋਂ ਬਾਅਦ ਫਿਰ ਬ੍ਰੇਕ ਤੇ ਚਾਹਾਂਗੇ ਹਾਂਜੀ ओ भी कानी दी जानी सुचे आब दी दीना, दीना खोड़ा बंदूक बंदू मानक साहब तुम याद ताजा करवाते जी सल्यूट है ਤੁਹਾਨੂੰ ਤੇ ਤੁਹਾਡੇ ਰਾਈਟਰ ਸਾਹਿਬ ਨੂੰ ਥੈਂਕ ਯੂ ਥੈਂਕ ਯੂ ਦੋਸਤੋ ਗੱਲਾਂ ਬਾਤਾਂ ਬਿੱਲਾ ਭਾਈ ਨਾਲ ਆਪਾਂ ਹੋਰ ਵੀ ਕਰਨੀਆਂ ਨੇ ਦੇ ਨਵੇਂ ਗੀਤ ਡੀਜੇ ਵਜਦਾ ਪਰ ਵੀ ਗੱਲਾਂ ਕਰਾਂਗੇ ਤੁਸੀਂ ਕਿਤੇ ਨਾ ਜਾਓ ਇੱਕ ਬਹੁਤ ਪਿਆਰੀ ਜੀ ਹੋਰ ਆਪਾਂ ਬ੍ਰੇਕ ਲੈਣਾ ਹੈ ਫਿਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਮਿੱਤਰੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਨਿਗਾ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਸੁਪਰਸਟਾਰ ਤੇ ਅੱਜ ਆਪਾਂ ਮੁਲਾਕਾਤ ਕਰ ਰਹੇ ਹਾਂ ਜੀ ਕੁਲਵਿੰਦਰ ਬਿੱਲਾ ਭਾਜੀ ਨਾਲ ਬਲਾਵਾ ਜੀ ਆਪਾਂ ਸੂਚਾ ਸੁਰਮਦੀ ਗੱਲ ਵੀ ਕੀਤੀ ਹੈ ਜੀ ਕਿ ਨਹੀਂ ਉਹ ਇੱਕਦਮ ਮੇਰੇ ਜ਼ਿਹਨ ਦੇ ਵਿੱਚ ਆਏ ਗਾਣੇ ਪੰਜਾਬ ਦੀ ਗੱ ਆਪਾਂ ਗੱਲ ਕਰੀਏ ਸੁਰਮਿਆ ਤੋਂ ਗੱਲ ਹੋਈ ਸੁਰਮਿਆ ਤੋਂ ਗੱਲ ਸ਼ੁਰੂ ਹੋਈ ਸੀਗੀ ਪਰ ਉਸ ਤੋਂ ਪਹਿਲਾਂ ਹੋਰ ਵੀ ਤੁਹਾਡੇ ਬਹੁਤ ਸੋਹਣੇ ਸੋਹਣੇ ਜਿੱਦਾਂ ਗੀਤ ਆ ਨੇ ਉਹ ਵੀ ਸੁਪਰ ਡੂਪਰ ਹਿੱਟ ਗਏ ਨੇ ਕਿ ਨਹੀਂ ਚੱਕਵੇਂ ਸੂਰ ਦੀ ਗੱਲ ਕਰੀ ਆਪਾਂ ਬੇਸ਼ੱਕ ਜਾਂ ਸੰਗ ਦੀ ਸੰਗ ਦੀ ਦੀ ਗੱਲ ਕਰ ਲਈਏ ਟਾਈਮ ਟੇਬਲ ਦੀ ਗੱਲ ਹੋ ਗਈ ਮਤਲਬ ਬੈਕ ਟੂ ਬੈਕ ਤੁਹਾਡੇ ਸੁਪਰ ਡੂਪਰ ਹਿੱਟ ਗੀਤ ਆ ਨੇ ਤੇ ਇਹ ਜਦੋਂ गाने ਤੁਸੀਂ ਚੂਜ਼ ਕਰਦੇ ਸੀ ਕਿ ਮੈਂ ਇਹ ਗਾਣੇ ਮੈਨੂੰ ਚਾਹੀਦੇ ਹੈਗੇ ਨੇ ਇਸ ਸਿਲੈਕਸ਼ਨ ਵਿੱਚ ਤੁਹਾਡੇ ਆਪਣੀ ਇਨਪੁਟ ਜ਼ਿਆਦਾ ਰਹਿੰਦੀ ਸੀ ਕੋਈ ਨਾਲ ਹੈਲਪ ਵੀ ਤੁਹਾਨੂੰ ਹੁੰਦਾ ਸੀ ਕੋਈ ਵੀ ਨਹੀਂ ਹੁੰਦਾ ਸੀਗਾ ਨਾਲ ਐਕਚੁਅਲੀ ਮੇਰੇ ਨਾਲ ਫਸਟ ਤਾਂ ਮੈਨੂੰ ਜੋ ਵਧੀਆ ਲੱਗਦਾ ਉੱਥੋਂ ਸਟਾਰਟ ਹੁੰਦੇ ਉਸ ਤੋਂ ਬਾਅਦ ਮੇਰੀ ਟੀਮ ਹੈ ਹਰਦੀਪ ਮਾਨ ਸੰਦੀਪ ਰਾੜ ਮੇਰੇ ਬ੍ਰਦਰ ਨੇ ਯਾਦਵਿੰਦਰ ਇੱਕ ਸਾਡੀ ਟੀਮ ਹੈ ਜੀ ਤੇ ਫਿਰ ਅਸੀਂ ਇਕੱਠੇ ਜਰੂਰ ਸਾਰੇ ਦੇਖਦੇ ਆਂ ਵੀ ਆ ਗੱਲ ਕਿਵੇਂ ਆ ਫਿਰ ਅਸੀਂ ਗਾਣੇ ਸਿਲੈਕਟ ਕਰਦੇ ਹਾਂ ਫਿਰ ਉਹ ਕੰਪਲੈਕਸ ਅੱਛਾ ਕਿਤਨਾ ਕਿਤੇ ਇੱਕ ਰਿਸਪੌਂਸਿਬਿਲਟੀ ਵੀ ਫੀਲ ਕਰਦੇ ਹੁਣ ਤੁਸੀਂ ਕਿ ਯਾਰ ਮੈਨੂੰ ਲੋਕਾਂ ਨੇ ਸਰਾਇਆ ਇਦਾਂ ਦੇ ਗੀਤ ਸਰਾਇਆ ਤੇ ਮੈਂ ਜਿਹੜੇ ਹੁਣ ਚੱਕ ਮੇ ਵਲੇ ਹੋਰ ਤਰ੍ਹਾਂ ਦੇ ਗੀਤ ਆਉਂਦੇ ਨੇ ਜਿਵੇਂ ਸਟਾਈਲ ਸਟੇਟਮੈਂਟ ਦੀ ਆਪਾਂ ਗੱਲ ਕਰ ਲਈ ਕਿ ਨਹੀਂ ਥੋੜਾ ਸਟਾਈਲ ਜਿਹਾ ਬਣ ਜਾਣਾ ਤੁਸੀਂ ਸਾਦਗੀ ਭਰੇ ਵਾਲੇ ਚੂਸ ਕਰਦੇ ਆ ਇਹ ਰਿਸਪੌਂਸਿਬਿਲਟੀ ਵੀ ਆਉਂਦੀ ਹੈ ਕਿਤੇ ਨਾ ਕਿਤੇ ਨਹੀਂ ਬਿਲਕੁਲ ਮੈਨੂੰ ਤਾਂ ਸ਼ੁਰੂ ਤੋਂ ਮੈਨੂੰ ਮੇਰੇ ਗਾਣੇ ਹਰ ਜਿੰਨੇ ਵੀ ਅੱਜ ਤੱਕ ਗਾਣੇ ਆਏ ਨੇ ਹਰ ਬੰਦੇ ਨੂੰ ਲੱਗਦਾ ਮੇਰੇ ਨੇ ਉਹਨਾਂ ਵਿੱਚ ਕੋਈ ਨਕਲੀ ਗੱਲਾਂ ਨਹੀਂ ਹੁੰਦੀਆਂ ਚੰਨ ਤਾਰੇ ਤੋੜ ਲਵਾਂ ਇਦਾਂ ਦੀ ਗੱਲਾਂ ਨਹੀਂ ਜਾਂ ਕੋਈ ਹੋਰ ਸੱਚੀਆਂ ਗੱਲਾਂ ਮੈਂ ਜਾਰਾ ਕਰਕੇ ਰਾਜ਼ੀ ਹਾਂਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੈਨੂੰ ਪਰਵਾਰਕ ਗੱਲਾਂ ਵਧੀਆਂ ਲਾਜੀਆਂ ਨੇ ਬੇਸ਼ੱਕ ਕਿਸੇ ਨੂ ਦੇ ਵਿੱਚ ਆਇਦਣਾ ਲੱਗੇ ਕਿ ਪਰਿਵਾਰ ਦੇ ਵਿੱਚ ਬੈਠੇ ਹੋ ਕੋਈ ਗੱਲ ਹੋਊਗੀ ਤਾਂ ਹਰ ਬੰਦੇ ਨੂੰ ਬੇਸ਼ੱਕ ਕਿ ਮੇਰੇ ਮਾਤਾ ਹੋਣ ਡੈਡ ਹੋਣ ਕੋਈ ਬਜ਼ੁਰਗ ਹੋਵੇ ਹਰ ਬੰਦੇ ਨੂੰ ਲੱਗਦੀ ਵੀ ਸਾਡੇ ਸਮੇਂ ਦੀ ਗੱਲ ਹੈ ਜਾਂ ਅੱਜ ਇਹ ਚੱਲ ਰਿਹਾ ਕਿਸੇ ਨੂ ਦੇ ਵਿੱਚ ਗਰੇਜ ਨਹੀਂ ਹੋਊਗਾ ਬਿਲਕੁਲ ਬਿਲਕੁਲ ਕੀ ਬਾਤ ਐਸੇ ਕੜੀ ਦੇ ਵਿੱਚ ਸਕਸੈਸਫੁਲ ਜਿਹੜੀ ਬੈਕ ਟੂ ਬੈਕ ਅਪਾਇਨਿੰਗਸ ਦੇ ਵਿੱਚ ਸੈਂਚਰੀਜ਼ ਹੀ ਲੱਗ ਰਹੀ ਹੈ ਮੈਂ ਤਾਂ ਇਹੀ ਕਹੂੰਗਾ ਕਿ ਨਹੀਂ ਤੇ ਉਹਦੀ ਕੜੀ ਦੇ ਵਿੱਚ ਡੀਜੇ ਵੱਜਦਾ ਹੁਣ ਐਡ ਹੋਇਆ ਰੀਸੈਂਟਲੀ ਤੇ ਲੋਕ ਬੇਸ਼ੁਮਾਰ ਪਿਆਰ ਦੇ ਰਹੇ ਉਸ ਗਾਣੇ ਨੂੰ ਵੀਡੀਓ ਨੂੰ ਪਿਆਰ ਦੇ ਰਹੇ ਖਾਸ ਤੌਰ ਤੇ ਇੱਕ ਵਾਰ ਫਿਰ ਤੋਂ ਪਹਿਲਾਂ ਆਪਾਂ ਵੀਡੀਓ ਦੀ ਗੱਲ ਸ਼ੁਰੂ ਕਰਦੇ ਆਂ ਇਹ ਵੀਡੀਓ ਦਾ ਕਨਸੈਪਟ ਕਿੰਨਾ ਦੇ ਕੋਲ ਸੀਗਾ ਤੇ ਵੀਡੀਓ ਮੈਂ ਕਹਿੰਨਾ ਤਿੰਨ ਚਾਰ ਵੱਖਰੇ ਵੱਖਰੇ ਸੈਟਸ ਤੁਸੀਂ ਆਪਾਂ ਜ਼ਿਕਰ ਵੀ ਕਰਦੇ ਸੀਗੇ ਬਿਲਕੁਲ ਬਿਲਕੁਲ ਵਿੱਚ ਅਸੀਂ ਹੋਲੀ ਦਾ ਸੈਟ ਲਾਇਆ ਹਾਂ ਮੈਰਿਜ ਦਾ ਸੈਟ ਲਾਇਆ ਤੇ ਇੱਕ ਖੇਤ ਚ ਸੈਟ ਲੱਗਿਆ ਜਿਵੇਂ ਕਿ ਉਹ ਮੁੰਨੀ ਬਦਨਾ ਟਾਈਪ ਸਾਰਾ ਹਨਾ ਹਾਂਜੀ ਹਾਂ ਹਾਂ ਤੇ ਉਹ 40 ਰੀੜੀ ਲਈ ਹੈ ਰਾਈਟ ਤੇ ਹੇਅਰ ਕਟ ਵਾਲਾ ਮੋਲ ਹੈ ਸਾਰੇ ਇੱਕ ਸੈਟ ਲਾਏ ਹੋਏ ਨੇ ਉਹ ਬੜਾ ਵਧੀਆ ਪ੍ਰੋਡਕਸ਼ਨ ਨੂੰ ਸਾਰੀ ਫਰੇਮ ਸਿੰਘ ਉਹ ਵੀਡੀਓ ਡਾਇਰੈਕਟਰ ਪਨੀਤ 베ਦੀ ਤੇ ਮਿੱਦਾ ਦੋਨਾਂ ਨੇ ਬੜਾ ਵਧੀਆ ਕਨਸੈਪਟ ਉਹਨਾਂ ਦਾ ਕਨਸੈਪਟ ਉਹਨਾਂ ਦਾ ਹੀ ਹੈ ਓਕੇ ਤੇ ਬਾਕੀ ਸਲਾਮ ਮੇਰੇ ਨੂੰ ਜ਼ਰੂਰ ਕਰਦੇ ਵੀ ਆਪਾਂ ਇਦਾਂ ਕਰ ਰਹੇ ਕਨਸੈਪਟ ਉਹਨਾਂ ਦਾ ਬਾਕੀ ਗਾਣੇ ਦੀ ਵੀ ਇੱਕ ਲੜੀ ਐਵੇਂ ਤੁਹਾਨੂੰ ਦੱਸਦਾ ਇਹ ਗੱਲ ਕੀ ਹੈ ਹਾਂਜੀ ਹਾਂ ਪਹਿਲਾਂ ਮੇਰਾ ਗਾਣਾ ਆਇਆ ਸੀ ਉਹ ਇੱਕ ਮੈਂ ਲੜੀ ਜੋੜੀ ਤਿਆਰੀ ਹਾਂ ਦੀ ਦੇਖਣ ਲੱਗਿਆ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂ ਦੀ ਉਸ ਤੋਂ ਬਾਅਦ ਕੁੜੀ ਜਦੋਂ ਤਿਆਰੀ ਸੀ ਫਿਰ ਉਹਨੇ ਸੰਗ ਦੀ ਸੰਗ ਦੀ ਨੇ ਹਾਂ ਕਰਤੀ ਅੱਛਾ ਜੀ ਸੰਗ ਦੀ ਸੰਗ ਦੀ ਬੁੱਲਾ ਚ ਹਾਂ ਕਿਆਈ ਉਸ ਤੋਂ ਬਾਅਦ ਜਦੋਂ ਹਾਂ ਕਰਈ ਤਾਂ ਫਿਰ ਉਹਦੇ ਉੱਧਰ ਪਾਰਟੀ ਵੀ ਜਰੂਰ ਬਣਦੀ ਸੀ ਨਾ ਫਿਰ ਡੀਜੇ ਵਜਦਾ ਨੇ ਆਈ ਵਾਲੇ ਖੇਤ ਵਿੱਚ ਹੋਈ ਤੇਰੀ ਹਾਂ ਕਰਕੇ ਉਹ ਇਦਾਂ ਦਾ ਗਾਣੇ ਦਾ ਫਿਰ ਅਸੀਂ ਨੇ ਉਹ ਕੀ ਬਾਤ ਹੈ ਕੀ ਬਾਤ ਮਤਲਬ ਹੁਣ ਹਾਂ ਹੋ ਗਿਆ ਤੇ ਡੀਜੇ ਐਗਲੇ ਐਗਲੇ ਬੱਚੇ ਬੱਚੇ ਦਿਖਾਵਾ ਇਹਨਾਂ ਨੂੰ ਮੈਂ ਉਹ ਕਹਿਣ ਲੱਗਾ ਜਨਰੇਸ਼ਨ ਹੁਣ ਅੱਗੇ ਵਧਦੀ ਜਾ ਰਹੀ ਹੈ ਬਲਾਵਾਂਗੇ ਬਲਾਵਾਂਗੇ ਬਿਲਕੁਲ ਤੇ ਬਿੱਲਾ ਇੱਕ ਪ੍ਰੋਪਰਿਕ ਕਹਿੰਦੇ ਨੇ ਰੀਅਲ ਸਟੇਟ ਬਣ ਜਾਂਦਾ ਬਿੱਲਾ ਸਟੇਟ ਬਣ ਜਾਂਦਾ ਆਪਣੇ ਆਪ ਦੇ ਵਿੱਚ ਬਿਲਕੁਲ ਤੇ ਡੀਜੇ ਵਾਸ ਦਾ ਜਿਹੜਾ ਹੈਗਾ ਤੁਹਾਨੂੰ 올 ਇਨ 올 ਆਪ ਉਹਦੇ ਵਿੱਚ ਕੰਮ ਕਰਕੇ ਜਿੱਦਾਂ ਇੱਕ ਪਹਿਲੀ ਵਾਰ ਸ਼ਾਇਦ ਫਰੇਮ ਸਿੰਘ ਉਹਨਾਂ ਨਾਲ ਤੁਸੀਂ ਕੰਮ ਕੀਤਾ ਹੈ ਤੇ ਕਿਹੋ ਜਿਹਾ ਤੁਹਾਨੂੰ ਲੱਗਿਆ ਕੀ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਸਿੱਖਣ ਨੂੰ ਐਕਚੁਅਲੀ ਉਹ ਹਜੇ ਮੁੰਡੇ ਨਵੇਂ ਨੇ ਪਰ ਬਹੁਤ ਟੈਲੈਂਟਡ ਨੇ ਹਾਂ ਹਾਂ ਮੈਨੂੰ ਐਨੋ ਵੀ ਜਿਹੜੇ ਹਮੇਸ਼ਾ ਮੈਂ ਰਾਈਟਰ ਵੀ ਮੈਂ ਕਦੇ ਨਹੀਂ ਸੋਚਿਆ ਵੀ ਕੋਈ ਮੈਂ ਕਿਸੇ ਵੱਡੇ ਰਾਈਟਰ ਤੋਂ ਗੀਤ ਲਮਾਂ ਨੇ ਕਦੇ ਨਹੀਂ ਹੋਇਆ ਮੈਨੂੰ ਜੋ ਵਧੀਆ ਕੰਮ ਕਰਦਾ ਮੇਨੂੰ ਲੱਗਦਾ ਵੀ ਇਹ ਬੰਦੇ ਦੇ ਵਿੱਚ ਕੁਝ ਐਕਸਟਰਾ ਹੈਗਾ ਤਾਂ ਉਹਦੇ ਕੋਲ ਕੰਮ ਕਰਦਾ ਪਰ ਇੰਨਾ ਜਿਆਦਾ ਵੀਡੀਓ ਹੈ ਮੈਂ ਕਹਿੰਦਾ ਹੁਣ ਉਹਨਾਂ ਕੋਲ ਟਾਈਮ ਨਹੀਂ ਮਿਲਣਾ ਹੂੰ ਹੂੰ ਇੰਨਾ ਜਿਆਦਾ ਵੀਡੀਓ ਹੋਣਗੇ ਉਹਨਾਂ ਦੇ ਬਹੁਤ ਜਿਆਦਾ ਵਧੀਆ ਵੀਡੀਓ ਬਣਾਏ ਉਹਨਾਂ ਨੇ ਅੱਛਾ ਇੱਕ ਇੱਥੇ ਗੱਲ ਵੀ ਮੇਰੇ ਯਾਦ ਆ ਰਹੀ ਮਨੂੰ ਇੱਕ ਖਿਆਲ ਚ ਆ ਰਹੀ ਹੈ ਕਿ ਜਿੱਦਾਂ ਗਾਣੇ ਤੁਸੀਂ ਕਹਿੰਦੇ ਕਿ ਮੈਂ ਖੁਦ ਚੂਜ਼ ਕਰਦਾ ਗਾਣੇ ਵੀ ਨਾ ਵੀ ਜਿਹੜੇ ਗਾਣੇ ਆਪਾਂ ਲਿਖਦੇ ਆਂ ਜਿਹੜੇ ਨਵੇਂ ਰਾਈਟਰਸ ਆ ਉਹਨਾਂ ਨੇ ਤੁਹਾਡੇ ਤੱਕ ਅਪਰੋਚ ਕਰਨਾ ਹੋਵੇ ਫਿਰ ਤੁਸੀਂ ਥਰੂ ਈਮੇਲ ਉਹਨਾਂ ਨੂੰ ਅਪਰੋਚ ਕਰਦੇ ਆ ਜਾਂ ਕੰਟੈਕਟਸ ਦੇ ਥਰੂ ਅਪ ਉਹਨੂੰ WhatsApp ਕਰ ਦਿੰਦੇ ਨੇ ਤੇ ਜੋ ਸਾਨੂੰ ਵਧੀਆ ਲੱਗਦੀ ਇਹ ਚੀਜ਼ ਸੀ ਸਿਲੈਕਟ ਕਰਕੇ ਖੁਦ ਫੋਨ ਕਰ ਲਈ ਕਿ ਬਹੁਤ ਸਾਰੇ ਰਾਈਟਰਸ ਅਪੋਚ ਕਰਦੇ ਨੇ ਬਹੁਤ ਜ਼ਿਆਦਾ ਰਾਈਟਰ ਨੇ ਕਈਆਂ ਨਾਲ ਗੱਲ ਵੀ ਨਹੀਂ ਹੋ ਪਾਉਂਦੀ ਕਿਉਂਕਿ ਬਹੁਤ ਸਾਰੇ ਗੁੱਸੇ ਹੁੰਦੇ ਨੇ ਬਾਈ ਜੀ ਕਿਉਂਕਿ ਹਰ ਕੈਰੈਕਟਰ ਦਾ ਜੇ ਮੈਂ 5 ਮਿੰਟ 10 ਮਿੰਟ ਗਾਣੇ ਸੁਣਨ ਲੱਗ ਗਿਆ ਤਾਂ ਡੇਲੀ 500 ਰਾਈਟਰ ਦਾ ਫੋਨ ਆਉਂਦੀ ਹੁੰਦਾ ਹੈ ਸਹੀ ਗੱਲ ਹੈ ਤੇ ਉਹ ਔਖਾ ਹੋ ਜਾਂਦਾ ਪਰ ਕਈ ਜੀ ਮੈਨੇਜਮੈਂਟ ਤੁਹਾਡੀ ਹੁੰਦੀ ਹੈ ਤੇ ਜੇ ਸਾਨੂੰ ਕੁਝ ਵਧੀਆ ਲੱਗਦਾ ਤਾਂ ਕਿਉਂਕਿ ਸੁਣਨ ਵਾਲੇ ਦੇ ਕੰਨਾਂ ਤੋਂ ਪਤਾ ਲੱਗ ਜਾਂਦਾ ਮੇਰੀ ਟੀਮ ਨੂੰ ਪਤਾ ਲੱਗ ਜਾਂਦਾ ਵੀ ਸਾਡੇ ਕਾਬਿਲ ਹੈ ਕਿ ਨਹੀਂ ਕੀਤਾ ਤਾਂ ਫਿਰ ਅਸੀਂ ਉਹਨੂੰ ਆਪਕੋ ਟੂ ਕੰਟੈਕਟ ਕਰ ਲੈਂਦੇ ਹਾਂ ਗ੍ਰੇਟ ਬੁਲਾ ਐਕਸਪੀਰੀਅੰਸ ਇਹ ਉਹ ਸਾਡੇ ਨਾਲ ਸ਼ੇਅਰ ਕਰੋ ਮੈਂ ਫੈਨ ਰਿਆਂ ਜੀ ਉਹਨਾਂ ਦਾ ਬਹੁਤ ਵੱਡਾ ਜਦੋਂ ਤੋਂ ਉਹਨਾਂ ਨੇ ਗੀਤ ਬਣਾਏ ਸੀ ਬੜੇ ਸੁਪਰ ਹਿੱਟ ਗੀਤ ਗਏ ਸੀ ਉਸ ਟਾਈਮ ਦੇ ਵਿੱਚ ਉਹਨਾਂ ਦੇ ਇੱਕ ਪਾਸੇ ਗੀਤੇ ਜੱਲਰ ਜਿਹੜਾ ਸੀਗਾ ਹਾਂਜੀ ਟੁਰਦੀਆਂ ਪਿੰਕ ਸੂਟ ਦਾ ਉਦੋਂ ਆਦ ਹਥੋਂ ਹਥਿਆਰ ਗਏ ਗਿੱਪੀ ਸਾਹਿਬ ਵਾਕੇ ਵਾਕੇ ਉਹਨਾਂ ਦੇ ਬਾਈ ਖਰਾਂ ਦੇ ਵੱਡੇ ਵੱਡੇ ਉਸ ਵੇਲੇ ਮੈਂ ਫੈਨਸੀ ਵੀ ਕਦੇ ਮੈਂ ਵੀ ਅਮਨ ਹੇਅਰ ਦੇ 뮤직 ਦੇ ਵਿੱਚ ਕਦੇ ਕੰਮ ਕਰੂੰਗਾ ਹਾਂ ਬਸ ਪ੍ਰਮਾਤਮਾ ਜੋ ਟਾਈਮ ਲਿਆਉਂਦਾ ਹੈ ਤੇ ਸਾਡੇ ਬਾਈ ਜੀ ਨਾਲ ਗੱਲਬਾਤ ਹੋਈ ਆਪਣੇ ਆਪ ਬਾਈ ਜੀ ਵੀ ਚਾਹੁੰਦੇ ਸੀਗੇ ਤੇ ਮੇイビー ਚੌਂਦਾ ਹੀ ਸੀ ਮੈਂ ਤਾਂ ਚੌਂਦੀ ਚੌਂਦਾ ਸੀਗਾ ਰਾਈਟ ਰਾਈਟ ਬੜਾ ਵਧੀਆ ਗਾਣਾ ਬਣਿਆ ਅੱਛਾ ਉਹਨਾਂ ਦਾ ਪਲੱਸ ਪੁਆਇੰਟ ਹੁਸ ਖੁਦ ਸਿੰਗਰ ਵੀ ਹੈਗੇ ਨੇ ਕਿ ਕਿਨੇ ਸਿੰਗਿੰਗ ਵਿੱਚ ਇੰਟਰਸਟ ਉਹਨਾਂ ਦਾ ਰਹਿੰਦਾ ਹੀ ਰਹਿੰਦਾ ਓਕੇ ਇਹ ਮੈਨੂੰ ਨਹੀਂ ਪਤਾ ਤੁਸੀਂ ਦੱਸਤਾ ਇਹ ਗੱਲ ਸੱਚੇ ਮੈਨੂੰ ਨਹੀਂ ਪਤਾ ਵੀ ਇਹ ਬੰਗੜਾਉਂਦੇ ਰਹਿੰਦੇ ਆ ਕਿ ਨਹੀਂ ਹਾਂ ਪਰ ਡੰਮੀ ਵਗੈਰਾ ਉਹਨੇ ਕੀਤੀ ਹੈਗੀ ਹਾਂ ਤੇ ਉਹ ਇਨਪੁੱਟ ਉਹਨਾਂ ਦੀ ਜਦੋਂ 뮤직 ਕਰਦੇ ਸੀ ਤਾਂ ਉਦੋਂ ਵੀ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਸੀਗਾ ਕਿ ਆ ਨੋਟ ਐਦਾਂ ਚੱਕ ਲਿਆ ਥੱਲੇ ਕਰ ਲਿਆ ਉੱਪਰ ਕਰ ਲਿਆ ਐਕਚੁਅਲੀ ਉਹ ਯੂਕੇ ਸੀਗੇ ਤੇ ਮੈਂ ਇੰਡੀਆ ਸੀ ਮੈਂ ਕੰਪੋਜ਼ ਕਰਕੇ ਭੇਜਦਾ ਸੀਗਾ ਤੇ 뮤직 ਬਣ ਕੇ ਆ ਗਿਆ ਮੈਂ ਡਬ ਕਰਕੇ ਭੇਜਦਾ ਜੇ ਮਾੜੀ ਮੁੱਟੀ ਕੋਈ ਕਮੀ ਲੱਦੀ ਸੀ ਤਾਂ ਮੈਂ ਇੱਕ ਦੂਜੇ ਨਾਲ ਸੀ ਕਰਦੇ ਵੀ ਇੱਥੇ ਆ ਚੇਂਜ ਹੋ ਸਕਦਾ ਵੀ ਇੱਥੇ ਪੀਸ ਐਦ ਮਿਊਜ਼ਿਕ ਦੀ ਆਪਾਂ ਨੌਲੇ ਰੱਖਦੇ ਆ ਤਾਂ ਇੱਕ ਮੈਂ ਹੈ ਤੋਂ ਮੈਂ ਤੋਂ ਬਹੁਤ ਵੱਡੇ ਨੇ ਪਰ ਕੁਛ ਨਾ ਕੁਛ ਅਪਡੇਟ ਵਾਲੀ ਗੱਲ ਹੋ ਜਾਂਦੀ ਹੈ ਨਾ ਵੀ ਆਪਾਂ ਨੂੰ ਪਤਾ ਲੱਗਦਾ ਵੀ ਇੱਥੇ ਆ ਚੀਜ਼ ਹੋਣੀ ਚਾਹੀਦੀ ਹੈ ਤਾਂ ਵੀ ਇੱਕ ਕੰਨਾਂ ਦੀ ਗੱਲ ਵੀ ਕਰਨ ਬੜੇ ਵਧੀਆ ਨੇਗੇ ਲੱਭ ਲੈਂਦੇ ਨੇ ਵੀ ਇੱਥੇ ਕੀ ਹੈਗਾ ਤਾਂ ਤਾਂ ਕਰਕੇ ਫਿਰ ਵਧੀਆ ਹੀ ਕੰਮ ਹੋਇਆ ਅੱਛਾ ਹੁਣ ਇਹ ਆਪਾਂ ਗਾਣਾ ਦਾ ਸੁਣਨਾ ਹੀ ਹੈ ਡੀਜੇ ਵੱਜਦਾ ਇਦਾਂ ਛੱਡ ਨਹੀਂ ਸਕਦੇ ਹੈਗੇ ਕਿ ਨਹੀਂ ਪਰ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਨਾ ਕੜੀ ਜੋੜਦਾ ਆਇਆ ਮੈਂ ਕਿਤੇ ਪਹਿਲਾਂ ਪ੍ਰਪੋਜ਼ ਕਰਿਆ ਫਿਰ ਸੰਗਦੀ ਸੰਗਦੀ ਹਾਂ ਕਰੀਆ ਐਫ ਐਮ ਡੀਜੇ ਪਾਰਟੀ ਹੋਈ ਹੈ ਕੀ ਕਿਤੇ ਹੈ ਥੋੜੀ ਸਟੋਰੀ ਤਾਂ ਨਹੀਂ ਹੈਗੀ ਕਾਲਜ ਯੂਨੀਵਰਸਿਟੀ ਲਾਈਫ ਦੀ ਐਕਚੁਅਲੀ ਮੈਨੂੰ ਲੱਗਦਾ ਹੈ ਵੀ ਹਰ ਬੰਦੇ ਦੀ ਜ਼ਿੰਦਗੀ ਵਿੱਚ ਉਹ ਨਾ ਮੈਂ ਗੱਪ ਮਾਰਦਾ ਵੀ ਮੇਰੀ ਜ਼ਿੰਦਗੀ ਚਾਹੇ ਜ ਨਹੀਂ ਹੋਇਆ ਕੁਝ ਹੋਇਆ ਬਹੁਤ ਕੁਝ ਹੋਇਆ ਨਹੀਂ ਸੱਚੀ ਹੈ ਮੈਂ ਬਹੁਤ ਰੋਮੈਂਟਿਕ ਰਹਿਆ ਆਪਾਂ ਅੱਛਾ ਹਾਂ ਤੇ ਯੂਨੀਵਰਸਿਟੀ ਪੜਿਆ ਬਹੁਤ ਸਾਲ ਆਏ ਨਹੀਂ ਮੋਤੇ ਤੇ ਇਦਾਂ ਦੀ ਜ਼ਿੰਦਗੀ ਦੇ ਵਿੱਚ ਤੁਹਾਡੇ ਇਦਾਂ ਦੇ ਹੂੰ ਵਾਕਏ ਤੁਹਾਡੇ ਨਾਲ ਨਾ ਹੋਏ ਉਹਨਾਂ ਤਾਂ ਫਰਕ ਫੀਲ ਨਹੀਂ ਹੁੰਦੇ ਸਹੀ ਗੱਲ ਹੈ ਕਿਉਂਕਿ ਜਿਹੜੀ ਚੀਜ਼ ਤੁਸੀਂ ਕਰੀ ਹੁੰਦੀ ਹੈ ਤਾ ਉਹਨੂੰ ਫਿਰ ਤੁਸੀਂ ਬੜੇ ਵਧੀਆ ਤਰੀਕੇ ਨਾਲ ਫੀਲ ਕਰਦੇ ਹੋ ਵਾਕਏ ਜੀ ਵਾਕਏ ਤੇ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਸੱਚੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਗੱਲਾਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਈ ਜੀ ਅੱਪਾ ਉਹ ਵੀ ਸਾਂਝੀਆਂ ਕਰਾਂਗੇ ਪਰ ਪਹਿਲਾਂ ਗੀਤ ਸੁਣ ਲਈਏ ਆਪਾਂ ਡੀਜੇ ਵੱਲੋਂ ਹੋ ਡੇਢ ਸਾਲ ਤੋਰੇ ਹਾਸੀ ਮੁੰਡਾ ਸੰਗ ਦਾ ਤੇ ਫੋਕੀ ਖੰਗ ਖੰਗ ਦਾ ਰਹਾਸੀ ਮੁੰਡਾ ਸੰਗ ਦਾ ਡੇਢ ਸਾਲ ਤੋਰੇ ਹਾਸੀ ਮੁੰਡਾ ਸੰਗ ਦਾ ਤੇ ਫੋਕੀ ਖੰਗ ਖੰਗ ਦਾ ਰਹਾਸੀ ਮ ਨੀ ਮੈਂ ਨਹੀਂ ਤੂੰ ਕੀਤਾ ਰੋਕੀ ਮੈਂ ਜਦੋਂ ਬਾ ਫੜ ਕੇ ਉਹ ਡੀ ਜੇ ਵੱਜਦਾ ਡੀ ਜੇ ਵੱਜਦਾ ਡੀ ਜੇ ਵੱਜਦਾ ਨੀ ਆਈ ਵਾਲੇ ਖੇਤ ਵਿੱਚ ਹੋਈ ਤੇਰੀ ਹਾਂ ਕਰਕੇ ਉਹ ਡੀ ਜੇ ਵੱਜਦਾ ਨੀ ਆਈ ਵਾਲੇ ਖੇਤ ਵਿੱਚ ਹੋਈ ਤੇਰੀ ਹਾਂ ਕਰਕੇ ਇੱਕ ਤੇਰੀ ਹਾਂ ਕਰਕੇ ਬਾਈ ਨੇ ਗੀਤ ਲਿਖਤਾ ਕੰਨ ਨੂੰ ਇਹ ਵੀ ਨਹੀਂ ਪਤਾ ਸੱਚ ਬਹੁਤ ਜਿਆਦਾ ਜਨਨ ਪਿੰਡਾਂ ਦਾ ਸਿਸਟਮ ਨਹੀਂ ਦੇਖਿਆ ਨਾ ਨਈ ਵਾਲਾ ਖੇਤ ਕੀ ਹੁੰਦਾ ਚਲੋ ਅੱਜ ਮੈਂ ਦੱਸ ਵੀ ਦਿੰਨਾ ਹੈ ਕਈ ਨੂੰ ਨਹੀਂ ਪਤਾ ਸੀ ਜੋ ਟਾਈਟਰ ਰੱਖਦੇ ਸੀ ਪਹਿਲਾਂ ਉਹ ਤਾਂ ਰੱਖਦੇ ਸੀ ਨਈ ਵਾਲਾ ਖੇਤ ਕਿਉਂਕਿ ਨਈ ਵਾਲਾ ਖੇਤ ਟਾਈਟਲ ਬਹੁਤ ਵਧੀਆ ਜੀ ਲਿਖਿਆ ਪੰਜਾਬੀ ਚ ਲਿਖੀ ਹੈ ਕੈਚੀ ਵਰਡ ਹੈ ਵੀਰ ਬੜਾ ਸਰਚ ਕਰਨੀ ਹੈ ਹਾਂ ਪਰ ਉਹ ਜੋ ਰਿਸਰਚ ਕਰਨੇ ਲਈ ਸੀ ਕਿ ਸੋਚਿਆ YouTube ਤੇ ਸੀ ਲਿਖਾਂਗੇ ਕੋਈ ਤਾਂ ਨਈ ਲਿਖੂ ਕੋਈ ਨਵਾਈ ਲਿਖੂ ਉਹ ਨਈ ਨਹੀਂ ਲਿਖਿਆ ਜਾਣਾ ਪਹਿਲੀ ਵਾਰ ਤਾਂ ਵੀ ਕਿਉਂ ਕਿਵੇਂ ਲਿਖਾਂਗੇ ਅਸੀਂ ਤੇ ਸਮਝਾਉਣਾ ਵੀ ਬੜਾ ਔਖੋ ਵੀ ਨਈ ਵਾਲਾ ਖੇਤ ਕੀ ਨਈ ਵਾਲਾ ਖੇਤ ਉਹ ਹੁੰਦਾ ਜਿਹੜਾ ਪਿੰਡ ਦੇ ਜਮਾਂ ਨੇੜੇ ਹੁੰਦਾ ਜੀ ਬਿਲ ਆਲੇ ਦੋਲੇ ਜਿਹੜਾ ਫਿਰ ਨਹੀਂ ਹੁੰਦੀਆਂ ਪਿੰਡ ਦੀ ਹਾਂ ਉਹ ਨੇੜੇ ਨੇੜੇ ਵਾਲੇ ਖੇਤ ਹੁੰਦੇ ਨੇ ਨੇੜੇ ਪਿੰਡ ਦੇ ਉਹ ਨਹੀਂ ਵਾਲੇ ਖੇਤ ਹੁੰਦੇ ਨੇ ਆਈ ਵਾਲੇ ਖੇਤ ਤੇ ਕੀ ਬਾਤ ਹੈ ਹੁਣ ਇਹ ਸਟੋਰੀਆਂ ਪਰ ਰੀਵਿਲ ਕਰਾਂਗੇ ਹੌਲੀ ਹੌਲੀ ਵੀ ਕੌਣ ਕਿੱਥੇ ਮਿਲਦਾ ਸੀਗਾ ਮੇਰੇ ਕੋਲੇ ਸੈਗਮੈਂਟ ਦੇ ਵਿੱਚ ਕਰਾਂਗੇ ਤੇ ਇੱਥੇ ਜਾਂਦੇ ਆ ਦੇ ਇੱਕ ਆ ਸੈਗਮੈਂਟ ਦੇ ਵਿੱਚ ਆਪਾਂ ਗੱਲ ਆ ਸਟਾਈਲ ਸਟੇਟਮੈਂਟ ਦੀ ਤਾਂ ਇਹ ਤੁਸੀਂ ਤੁਹਾਨੂੰ ਕੋਈ ਮਤਲਬ ਗਾਈਡ ਕਰਦਾ ਜਾਂ ਤੁਹਾਡੇ ਆਪਣਾ ਰਹੇਗਾ ਕਿ ਨਹੀਂ ਇੱਕ ਫਿਟਨੈਸ ਨੂੰ ਲੈ ਕੇ ਵੀ ਤੁਸੀਂ ਆਪਣੀ ਬਾਡੀ ਨੂੰ ਹਮੇਸ਼ਾ ਸਲੀਕ ਕੇ ਜਾ ਰੱਖਿਆ ਜਿੱਥੇ ਜਦੋਂ ਮੈਂ ਤੁਹਾਨੂੰ ਪਹਿਲਾਂ ਮਿਲਿਆ ਸੀ ਸੱਤ ਵਿੱਚ ਉਸ ਤੋਂ ਬਾਅਦ ਹੁਣ ਮਿਲਦੇ ਆ ਕਿ ਨਹੀਂ ਤੁਸੀਂ ਬਹੁਤ ਬਹੁਤ ਮੇਨਟੇਨ ਕੀਤਾ ਸਲੀਕ ਵੀ ਰੱਖਿਆ ਆਪਣੇ ਨੂੰ ਮੇਨਟੇਨ ਵੀ ਰੱਖਿਆ ਤੇ ਇਹ ਫਿਰ ਤੁਹਾਨੂੰ ਕੌਣ ਗਾਈਡ ਕਰਦਾ ਸਾਰੀ ਚੀਜ਼ਾਂ ਲਈ ਗਾਈਡ ਮੈਂ ਸ਼ੌਂਕ ਹੈ ਬਹੁਤ ਜ਼ਿਆਦਾ ਮੈਂ ਜਦੋਂ ਪਹਿਲੀ ਮੇਰੀ ਕੋਈ ਖਾਸ ਜਦੋਂ ਕਾਲੇ ਰੰਗ ਦਾ ਯਾਰ ਸੀ ਐਡਾ ਮੇਰਾ ਮੂੰਹ ਸੀਗਾ ਬਹੁਤ ਗੋਲ ਫਾਈਦਾ ਤੇ ਹੁਣ ਕੱਟ-ਕੁੱਟ ਸਾਰੇ ਪ੍ਰੋਪਰ ਜਿਮ ਦਾ ਬਹੁਤ ਸ਼ਕੀਨ ਆ ਮੈਂ ਮੈਸ਼ਨ ਜਿੱਥੇ ਵੀ ਹੋਵਾਂ ਮੈਂ ਹੋਟਲ ਜਮਾਂ ਉੱਤੇ ਡੰਡਲਾ ਲਈ ਦੇ ਤੇ ਨਹੀਂ ਜਿਮ ਤਾਂ ਮੈਂ ਡੇਲੀ ਕਰਦੇ ਹੀ ਕਰਦਾ ਮੋ ਸ਼ੌਂਕ ਹੈ ਵੀ ਮੈਂ ਪੈਕਪੂ ਕੇ ਕੱਟ ਕੱਢੀ ਵੀ ਰੱਖਨੇ ਥੋੜੇ ਉੱਥੇ ਤਾਂ ਤੇ ਕੁਛ ਨਾ ਕੁਛ ਅੱਗੇ ਵਧੀਆ ਵੈਰੀ ਨਾਈਸ ਤੇ ਜੇ ਕੱਪੜਿਆਂ ਦੀ ਗੱਲ ਕਰੀ ਸਟਾਈਲਿੰਗ ਦੀ ਗੱਲ ਕਰੀ ਕਿ ਨਹੀਂ ਅੱਜ ਕੱਲ ਇਹ ਵੀ ਬਹੁਤ ਇੰਪੋਰਟੈਂਟ ਮੇਰੇ ਖਿਆਲ ਚ ਇੱਕ ਚੀਜ਼ ਹੈ ਕਿ ਯੂਥ ਐਤ ਪ੍ਰਭਾਵਿਤ ਹੁੰਦਾ ਹੈ ਨਾ ਚੀਜ਼ਾਂ ਨੂੰ ਲੈ ਕੇ ਵੀ ਗਾਣੇ ਤਾਂ ਹੈਗੇ ਤੁਹਾਡੇ ਵਧੀਆ ਆਵਾਜ਼ ਵੀ ਵਧੀਆ ਤੇ ਇਹਨੂੰ ਫਿਰ ਤੁਸੀਂ ਕਿੰਨਾ ਕੁ ਰੱਖਦੇ ਹੋ ਮੈਟਰ ਵੀ ਕਿੰਨੀਆਂ ਕਿੰਨਾ ਤੁਹਾਡੇ ਲਈ ਕਿੰਨਾ ਮੈਟਰ ਕਰਦਾ ਸਟਾਈਲਿੰਗ ਮੈਟਰ ਤਾਂ ਕਰਦੀ ਬਾਈ ਕਿਉਂਕਿ ਜਦੋਂ ਤੁਸੀਂ ਇੱਕ ਤੁਹਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਤੁਹਾਨੂੰ ਦੇਖਣ ਵਾਲੇ ਫਿਰ ਕਈ ਵਾਰ ਇਹ ਵੀ ਕਹਿੰਦੇ ਯਾਰ ਤਾਂ ਉਹ ਫਿਰਦਾ ਉੱਥੇ ਤਾਂ ਉਹ ਵੀ ਐ ਕੁਛ ਹੈ ਫਿਰ ਹਰ ਕਿ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਇੱਕ ਮਜਬੂਰੀ ਵੀ ਬਣ ਜਾਂਦੀ ਹੈ ਨਿੰਜੀ ਕਰਦਾ ਬੰਦਾ ਨਾਰਮਲ ਵੀ ਤਰ੍ਹਾਂ ਫਿਰ ਹੈ ਨਾ ਤੇ ਇਹਨਾਂ ਦੀ ਗੱਲ ਵਧੀਆ ਐਡ ਕੀਤੀ ਹੈ ਮਜਬੂਰੀ ਵੀ ਬਣ ਜਾਂਦੀ ਹੈ ਮਜਬੂਰੀ ਵੀ ਬਣ ਜਾਂਦੀ ਹੈ ਸੱਚੀ ਗੱਲ ਹੈ ਕਈ ਵਾਰ ਤਾਂ ਹਾਂ ਕੋਈ ਵੀ ਹੁੰਦਾ ਹੈ

ਇਹ ਜੇ ਮੈਂ ਦੋ ਤਿੰਨ ਕਿਸੇ ਹੋਰ ਪ੍ਰੋਗਰਾਮਾਂ 'ਚ ਪਾਇਆ ਤਾਂ ਮੈਨੂੰ ਫੇਸਬੁੱਕ ਤੇ ਫੈਨ ਪੇਜ ਤੇ ਆ ਜਾਣਗੇ ਬਾਈ ਜੀ ਲਾ ਦੋ ਹੁਣ ਹਾਂ ਇਹ ਸੱਚੀ ਗੱਲ ਹੈ ਪ੍ਰੋਗਰਾਮ ਤੇ ਵੀ ਸਾਨੂੰ ਇਹ ਹੁੰਦਾ ਵੀ ਜਿਹੜੇ ਪ੍ਰੋਗਰਾਮ ਤੇ ਕੋਈ ਹਰ ਪ੍ਰੋਗਰਾਮ ਦੀ ਆਪਾਂ ਫੋਟੋਗ੍ਰਾਫਸ ਪਾਉਨੇ ਆ ਵੀ ਅੱਜ ਇੱਥੇ ਮੇਰਾ ਪ੍ਰੋਗਰਾਮ ਸੀਗਾ ਫਿਰ ਉਸ ਤੋਂ ਬਾਅਦ ਉਹ ਕੱਪੜਾ ਫਿਰ ਆਉਂਦਾ ਇੱਕ ਨੰਦੀ ਵਾਰੀ ਪੈਂਦਾ ਫਿਰ ਦੇਣਾ ਦੂਣੇ ਪੈਂਦਾ ਕਿਸੇ ਨੂੰ ਕਿਉਂਕਿ ਮੁੜ ਕੇ ਪੈਂਦਾ ਨਹੀਂ ਹੈ ਗਿਆ ਇਹ ਪ੍ਰਾਬਲਮ ਹੁੰਦੀ ਬਿਲਕੁਲ ਜੀ ਬਿਲਕੁਲ ਬਸ ਦੋਸਤੋ ਬਿੱਲਾ ਵਾਲੇ ਕੱਪੜਿਆਂ ਦੇ ਖਰਚੇ ਬਹੁਤ ਹੁੰਦੇ ਨੇ ਮੈਂ ਕਹਦੀ ਕੱਪੜਿਆਂ ਦੇ ਖ ਵੀ ਜਾ ਕੇ ਆਣਾ ਬਾਈ ਦੇ ਨਾਲ ਨਾਲ ਮਤਲਬ ਗੱਲਾਂ ਬਾਤਾਂ ਦੇ ਜ਼ਰੀਏ ਤੁਸੀਂ ਕਿਤੇ ਨਾ ਜਾ ਜੇ ਇੱਕ ਨਿੱਕੀ ਜਿਹੀ ਹੋਰ ਬ੍ਰੇਕ ਫਿਰ ਮਿਲਦੇ ਆਪਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਜੀ ਇੱਕ ਵਾਰ ਫੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਪੀਟੀਸੀ ਸੁਪਰਸਟਾਰ ਤੇ ਅੱਜ ਆਪਾਂ ਮੁਲਾਕਾਤ ਕਰ ਰਹੇ ਹਾਂ ਜੀ ਕੁਲਵਿੰਦਰ ਬਿੱਲਾਵਾਜੀ ਨਾਮ ਭਾਈ ਆਪਾਂ ਬਹੁਤ ਸਾਰੀਆਂ ਗੱਲਾਂ ਖੁੱਲ ਕੇ ਕੀਤੀਆਂ ਨੇ ਕਿ ਨਹੀਂ ਮੈਂ ਹੁਣ ਜ਼ਿਕਰ ਕਰਕੇ ਗਿਆ ਸੀ ਆਪਾਂ ਪਟਿਆਲਾ ਯੂਨੀਵਰਸਿਟੀ ਆਪਣੀ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਉਹਦੇ ਵੱਲੋਂ ਆਪਾਂ ਮੂਵ ਕਰੀਏ ਥੋੜਾ ਜਿਹਾ ਕਰੋ ਜੀ ਕਰੋ ਬਿਲਕੁਲ ਯਾਦਾਂ ਤਾਜ਼ੀਆਂ ਕਰੋ ਮੇਰੀਆਂ ਬਿਲਕੁਲ ਕੀਏ ਯਾਦਾਂ ਉਹਦੇ ਨਾਲ ਤਾਂ ਨਹੀਂ ਜੁੜੀਆਂ ਹਈਆਂ ਪੰਜਾਬੀ ਯੂਨੀਵਰਸਿਟੀ ਨਾਲ ਟਾਈਮ ਟੇਬਲ ਦੀਆਂ ਜਾਂ ਟਾਈਮ ਟੇਬਲ ਉੱਥੇ ਤਾਂ ਨਹੀਂ ਬਣਿਆ ਸੀਗਾ ਨਹੀਂ ਉੱਥੇ ਨਹੀਂ ਬਣਿਆ ਉਹ ਤਾਂ ਮੈਂ ਪੁਰਾਣੀ ਹੀ ਗੱਲ ਆ ਉਹ ਤਾਂ ਅੱਛਾ ਹੈ ਕੈਸਾ ਨਾ ਵੀ 1970 ਸੂਤਰ ਵੇਲੇ ਦੀ ਗੱਲ ਹੈ ਪਰ ਮੈਂ ਯੂਨੀ 70 ਦਾ ਉਹ ਬੰਦਿਆਂ ਦੀ ਗੱਲ ਕੀਤੀ ਜਿਹੜਾ ਡਰੈੱਸ ਪਰੱਖਿਆ ਉਹਦੇ ਵਿੱਚ ਜਿਹਨੇ ਨੇੜਾਇਆ ਆਪਣੇ ਡੈਡੀ ਉਹਨਾਂ ਮੇਰੀ ਦੀ ਗੱਲਾਂ ਨੇ ਉਹ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਚਲੋ ਟਾਈਮ ਟੇਬਲ ਦੀ ਤਾਂ ਮੈਂ ਤਾਂ ਗੱਲ ਕਰ ਰਹੀ ਵੀ ਜਿਹੜਾ ਤੁਹਾਡਾ ਯੂਨੀਵਰਸਿਟੀ ਦਾ ਟਾਈਮ ਸੀ ਉਹ ਕਿੱਦਾਂ ਦਾ ਟਾਈਮ ਗੁਜ਼ਰਿਆ ਸਾਰਾ 올 ਇਨ 올 ਕਿੰਨੇ ਫਨੀ ਹੁੰਦੇ ਜਿਹੜੀ ਜਗ੍ਹਾ ਹੈਗੀ ਆ ਕੰਟੀਨ ਦੀ ਗੱਲ ਕਰ ਲਈਏ ਲਾਇਬ੍ਰੇਰੀ ਦੀ ਕਿਹੜੀ ਜਗ੍ਹਾ ਨੂੰ ਮਿਸ ਕਰਦਾ ਜੀ ਯੂਨੀਵਰਸਿਟੀ ਮੈਂ ਕਹਾਂ ਕਿ ਮੇਰੀ ਆ ਜਵਾਨੀ ਸਾਰੀ ਮੈਂ ਯੂਨੀਵਰਸਿਟੀ ਗੱਡੀ ਆ 2004 ਤੋਂ ਲੈ ਕੇ 2013 ਤੱਕ ਮੈਂ ਰੈਗੂਲਰ ਰਿਹਾ ਉੱਥੇ ਓਕੇ ਬਹੁਤ ਸਾਲ ਹੁੰਦੇ ਨੇ ਸਹੀ ਗੱਲ ਆ 9 ਸਾਲ ਹੋ ਗਏ ਉਹ ਉੱਥੇ ਐਮਏ ਉੱਥੇ ਐਮਫਿਲ ਪੀਐਚਡੀ ਮੇਰੀ ਲਗਭਗ ਨੇੜੇ ਤੇੜੇ ਸੀ ਉਹਦੋਂ ਵਾਰ ਹੁਣ ਜਿਆਦਾ ਬੀਜ਼ੀ ਹੋ ਗਿਆ ਕੰਮ ਪਤਾ ਨਹੀਂ ਹੋਊ ਪੂਰੀ ਪਤਾ ਹੀ ਨਹੀਂ ਹੋਣੀ ਅੱਛਾ ਤੇ ਉੱਥੋਂ ਵਾਲੇ ਦਿਨ ਤੱਕ ਤੀਨ ਵਾਲੇ ਦਿਨ ਹੁਣ ਵੀ ਮੈਂ ਕਦੋਂ ਵੀ ਜਦੋਂ ਮੈਂ ਚੰਡੀਗੜ੍ਹ ਜਾਣਾਗਾ ਪਿੰਡ ਮੈਂ ਹਾਲ ਹੀ ਕੱਲ ਟੰਡੀ ਗੱਲ ਰਹੇ ਨੇ ਤੇ ਉੱਥੇ ਯੂਨੀਵਰਸਿਟੀ ਦੀ ਜਿਹੜਾ ਉੱਥੇ ਕੰਟੀਨ ਹੈ ਉੱਥੇ ਅੱਜ ਵੀ ਮੈਂ ਚਾਪੀ ਕਿ ਉੱਥੇ ਲੰਘਦਾ ਨਹੀਂ ਹਾਂ ਕਦੇ ਉੱਥੇ ਕਦੇ ਸਤਾਰਾਂ ਵਾਲੀ ਫੀਲਿੰਗ ਲੈਂਦੀ ਨਹੀਂ ਮੈਂ ਕਦੇ ਵੀ ਮੈਂ ਕੁਝ ਵੀ ਹਾਂ ਮੈਂ ਉੱਥੇ ਇਦਾਂ ਹੀ ਨੋਰਮਲੀ ਜਿਵੇਂ ਜਿੱਦਾਂ ਮੈਂ ਪਹਿਲਾਂ ਜਿਹੜੀ ਲੈਂਦਾ ਸੀ ਹੁਣ ਵੀ ਮੇਰਾ ਜੀ ਕਰਦਾ ਮੈਂ ਲਾ ਦਿੰਦਾ ਉੱਥੇ ਕੋਈ ਇਦਾਂ ਫੀਲਿੰਗ ਵਾਲੀ ਲੈਂਦੇ ਉੱਥੇ ਸਭ ਨੂੰ ਇਹ ਲੱਗਦੇ ਆਪਣੇ ਹੀ ਆ ਨਵਾਂ ਯੂਥ ਬਹੁਤ ਆ ਗਿਆ ਪਰ ਫਿਰ ਵੀ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਇੱਥੇ ਪੜਿਆ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਵੀ ਫਰਦਾ ਦਾ ਕੋਈ ਚੱਕਰ ਵਾਲੀ ਨਹੀਂ ਹੈ ਤਾਂ ਫੇਰ ਜਾਵਾਂਗੀ ਪੇਮੈਂਟ ਕਿੰਨੀ ਹੋਊਗੀ ਇਹ ਹੋਊਗੀ ਹਿਸਾਬ ਕਿਤਾਬ ਹਣਾ ਪਰ ਉੱਥੇ ਮੈਨੂੰ ਐ ਲੱਗਦਾ ਵੀ ਮੇਰੇ ਆਪਣੇ ਨੇ ਮੇਰੇ ਮਿੱਤਰ ਦੋਸਤ ਨੇ ਕਈਆਂ ਨੇ ਉਥੇ ਕੰਟੀਨਾਂ ਲੈ ਲੀਆਂ ਹਾਂ ਅੱਛਾ ਕਈ ਉੱਥੇ ਲੈਕਚਰਾਂ ਲੱਗੇ ਸਹੀਰ ਕੇ ਮੇਰਾ ਆਪਣਾ ਉੱਥੇ ਬਹੁਤ ਜ਼ਿਆਦਾ ਪਿਆਰ ਹੈ ਇਹ ਬਹੁਤ ਚੰਗੀ ਗੱਲ ਆ ਤੁਸੀਂ ਜੁੜੇ ਹੋਏ ਹੋ ਉੱਥੇ ਕਾਲੇ ਰੰਗ ਦਾ ਯਾਰ ਬਣਿਆ ਸੀਗਾ ਉੱਥੇ ਹੀ ਸ਼ੁਰੂਆਤ ਹੋਈ ਸੀ ਮੇਰੀ ਅਸਲੀ ਕੈਸਨ ਹੈ ਜੋ ਫੀਲਡ ਤੇ ਆਇਆ ਸੀਗਾ ਰਾਈਟ 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 ਬਹੁਤ ਕਾਫੀ ਕੁਝ ਸਾਨੂੰ ਯੂਨੀਵਰਸਿਟੀ ਤੋਂ ਪੰਜਾਬੀ ਯੂਨੀਵਰਸਿਟੀ ਤੋਂ ਬਹੁਤ ਕੁਝ ਮਿਲੇ ਬਹੁਤ ਜ਼ਿਆਦਾ ਤੇ ਟਾਈਮ ਟੇਬਲ ਵੀ ਕਿਤਨੇ ਕਿਤੇ ਮਤਲਬ ਚਲੋ ਤਾਂ ਪਿਆਰ ਦੀ ਕਹਾਣੀ ਹੈ ਉਹ ਟਾਈਮ ਦੇ ਨਾਲ ਕਿ ਟਾਈਮ ਟੇਬਲ ਦੋ ਦਿਹੋੜਦੇ ਨੇ ਆਪਾਂ ਤੇ ਮੇਰਾ ਮੇਰੀ ਬੜੀ ਤਮੰਨਾ ਹੈ ਕਿ ਮੈਂ ਤੁਹਾਡਾ ਗੀਤ ਸੁਣਾ ਤੇ ਇਹ ਗੀਤ ਤੁਹਾਡੀ ਚੋਲੀ ਕਿਦਾਂ ਪਿਆ ਸੀਗਾ ਇਹਦੇ ਬਾਰੇ ਵੀ ਥੋੜਾ ਜ਼ਿਕਰ ਕਰਿਓ ਇਹ ਮੇਰਾ ਮਿੱਤਰ ਹੈਗਾ ਕਿ ਬਹੁਤ ਹਿੱਟ ਗਿਆ ਹੈ ਗਾਣਾ ਹਾਂ ਬਹੁਤ ਹਿੱਟ ਗਿਆ ਇਹਦੀ ਗੱਲ ਮੇਰਾ ਮਿੱਤਰ ਆਸਟ੍ਰੇਲੀਆ ਤੋਂ ਮੈਲਬਨ ਤੋਂ ਅਭੀ ਫਤਿਹ ਘੜੀਆਂ ਹਾਂਜੀ ਤੇ ਉਹ ਮੇਰੇ ਕੋਲੇ ਆਸਟ੍ਰੇਲੀਆ ਮੇਰੇ ਕੋਲ ਸਿੱਖਣਾ ਨਾ ਹੁੰਦਾ ਸੀਗਾ ਥੋੜਾ ਬਹੁਤ ਤਾਂ ਮੈਨੂੰ ਜਿੰਨਾ ਕਰਾ ਸਕਦਾ ਜਿੰਨੇ ਤੇ ਕਾਫੀ ਸਟੂਡੈਂਟ ਹੁੰਦੇ ਮੇਰੇ ਕੋਲ ਜਿ ਹੈਲਪ ਵਾਲੀ ਗੱਲ ਲਾ ਲਓ じゃ ਕੁਝ ਵੀ ਮੇਰਾ ਟਾਈਮ ਪਾਸ ਵੀ ਹੋ ਜਾਂਦਾ ਸੀਗਾ ਤੇ ਮੇਰੇ ਕੋਲ ਮੇਰੇ ਮਿੱਤਰ ਦੋਸਤ ਕਾਫੀ ਸੇਖਣ ਹੁੰਦੇ ਸੀ 10 ਬਰ ਉਹਨਾਂ ਦੇ ਵਿੱਚ ਅੱਭੀ ਫਤਿਹ ਗੜੀ ਵੀ ਸੀਗਾ ਓਕੇ ਤੇ ਉਹਨੇ ਮੈਨੂੰ ਗੱਲ ਸੁਣਾਈ ਕਹਿੰਦਾ ਹੈ ਮੈਨੂੰ ਕਹਿੰਦਾ ਵੀ ਇਹ ਤਾਂ ਯਾਰ ਜੰਮੀ ਮੇਰੇ ਵਾਲੀਆਂ ਗੱਲਾਂ ਨੇ ਜੋ ਮੈਂ ਗਾਉਣਾ ਹੈਗਾ ਆਪਣੇ ਪੁਰਾਣੀਆਂ ਗੱਲਾਂ ਜਿਵੇਂ ਹੰਡਾਈਆਂ ਹੁੰਦੀਆਂ ਨੇ ਬੈਲ ਬਾਟਮ ਮੈਂ ਪੈਂਟ ਖੁਦ ਪਾਈਏ ਚੈੱਕ ਵਾਲੀਆਂ ਵੱਡੇ ਵੱਡੇ ਕਲਰ ਵਾਲੀਆਂ ਪਾਈਆਂ ਨੇ ਤੇ ਉਹ ਚੀਜ਼ਾਂ ਨੂੰ ਫਿਰ ਜਦੋਂ ਅਸੀਂ ਉਹ ਗਾਣਾ ਸੁਣਿਆ ਤੇ ਉਹ ਆਟੋਮੈਟਿਕਲੀ ਜੇ ਗਾਣੇ ਦੇ ਵਰਲਡ ਨੇ ਉਹ ਸਟੋਰੀ ਆ ਸਹੀ ਹੈ ਜੀ ਡਾਇਰੈਕਟਰ ਨੂੰ ਜੀ ਸਟੋਰੀ ਬਣਾਉਣੀ ਪਈਗੀ ਉੱਥੇ ਮੈਨੂੰ ਲੱਗੀ ਸਾਰੀਆਂ ਜੋ ਮੈਂ ਗੱਲਾਂ ਕਹੀਆਂ ਨੇ ਵਿਜ਼ੂਅਲਾਈਜ਼ ਕਰਨੀਆਂ ਸੀ ਬਿਲਕੁਲ ਉਹਦੇ ਵਿੱਚ ਹੀ ਸੀਗੀ ਆਲਰੇਡੀ ਸਟੋਰੀ ਸੀ ਗਾਣੇ ਦੀ ਤੇ ਉਹ ਗਾਣਾ ਇੰਨਾ ਵਧੀਆ ਬਣ ਕੇ ਨਿਕਲਿਆ ਬੀਟ ਇੰਨੀ ਵਧੀਆ ਬਣੀ ਗਾਇਕ ਸਟੂਡੀਓ ਮੇਰੇ ਅਸੀਂ ਇਕੱਠੇ ਕੰਮ ਕਰਦੇ ਆ ਘਰੇ ਪਿਛਲੇ ਦੋ ਤਿੰਨ ਗਾਣਿਆਂ ਦਾ ਮਿਊਜ਼ਿਕ ਸਾਡਾ ਆਪਦੇ ਹੀ ਕੀਤਾ ਹੋਇਆ ਗਿਆ ਕਿ ਸਟੂਡੀਓ ਕੀ ਬੜਾ ਤਿਆਰੀਆਂ ਦੀ ਸੋਚਾ ਸੂਰਮਾ ਤੇ ਟਾਈਮ ਟੇਬਲ ਅਸੀਂ ਆਪਣੀ ਘਰੇ ਬੈਠ ਕੇ ਬਣਾਏ ਹੋਏ ਨੇ ਵਾਹ ਜੀ ਵਾਹ ਤੇ ਉਹ ਬੱਲੇ ਬੱਲੇ ਕਰਾਤੀ ਉਹ ਗਾਣੇ ਨੇ ਬੱਲੇ ਬੱਲੇ ਹਰ ਕਿਤੇ ਸਟੂਡੀਓ ਦੇ ਵਿੱਚ ਵੀ ਕਰਾ ਦੋ ਆ ਗਾਣਾ ਮੈਂ ਚਾਹਣਾ ਟਾਈਮ ਟੇਬਲ ਵਜੇ ਬਿਲਕੁਲ ਬਿਲਕੁਲ ਕਿਤੇ ਵੀ ਜਾਈਦਾ ਤਾਂ ਟਾਈਮ ਟੇਬਲ ਲੀਕੋ ਕਪਿੰਦੀ ਬੰਦਨੀ ਟਾਈਮ ਟੇਬਲ ਸੁਣਾਉ ਉਹ ਜਰੂਰ ਸੁਣਾਉਂਗਾ ਉਹ ਬੜਾ ਟਾਈਮ ਸੀਖੋ ਲੈਣਾ ਓਦੋਂ ਹੱਲੜੇ ਨਾਹੀ ਫੋਨ ਹੁੰਦਾ ਨਾਹੀ ਫੇਸਬੁਕ ਸੀ ਚਿੱਠੀ ਰਾਹੀ ਸੀ ਦਿਲਾਂ ਦੀ ਗੱਲ ਦੱਸ ਦੇ ਬਸ ਚਿੱਠੀ ਹੀ ਸੁਣਾਉਂਦੀ ਦੁੱਖ ਸੁੱਖ ਸੀ ਕਦੋਂ ਕਿਹੜੇ ਵੇਲੇ ਆਪਾਂ ਕਿੱਥੇ ਮਿਲਣਾ ਟਾਈਮ ਟੇਬਲ ਚਿੱਠੀ ਤੇ ਹੁੰਦੇ ਸਾਰੇ ਸੀ ਅੱਖ ਭੂਆ ਤੂੰ ਬਚਾ ਕੇ ਡੁੱਬ ਜਾਣੀਏ ਤੂੰ ਵੀ ਸ਼ਿਕੇ ਦਲੁੱਟ ਦੀ ਨਜ਼ਾਰੇ ਸੀ ਨੀ ਅੱਖ ਭੂਆ ਤੂੰ ਬਚਾ ਕੇ ਡੁੱਬ ਜਾਣੀਏ ਤੂੰ ਵੀ ਸ਼ਿਕੇ ਦਲੁੱਟ ਦੀ ਨਜ਼ਾਰੇ ਸੀ ਕੀ ਬਾਤ ਹੈ ਕੀ ਬਾਤ ਹੈ ਤੁਹਾਡੇ ਹਰੇਕ ਗਾਣੇ ਦੇ ਵਿੱਚ ਇਸ ਇੱਕ ਫਰੈਸ਼ਨੈਸ ਹੈਗੀ ਪਰਮਾਤਮਾ ਵੱਲੋਂ ਤੁਹਾਡੀ ਆਵਾਜ਼ ਨੂੰ ਸ਼ਾਇਦ ਇਹ ਬਖਸ਼ੀ ਬਖਸ਼ ਹੈਗੀ ਆ ਕਿ ਮਿਠਾਸ ਹੈਗੀ ਫਰੈਸ਼ਨੈਸ ਆ ਜਾਂਦੀ ਹੈ ਇਹ ਰੇ ਗਾਣੇ ਸੁਣ ਕੇ ਬਸ ਇੱਕ ਪਰਮਾਤਮਾ ਉਹ ਕਹਿਣ ਵੀ ਕਿ ਸੈਂਸ ਨਹੀਂ ਕਹ ਦਿੰਦੇ ਕਿ ਸੈਂਸ ਦੀ ਜ਼ਰੂਰ ਹੈਗੀ ਇਹ ਚੀਜ਼ ਨਹੀਂ ਚਲਣੀ ਚਲਣਾ ਇਹ ਹੋਣੀ ਹੈ ਵਾਹ ਜੀ ਵਾਹ ਬਿਲਕੁਲ ਜੀ ਬਿਲਕੁਲ ਪਰਮਾਤਮਾ ਅੱਗੇ ਵੀ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਅੱਛਾ ਅੱਗੇ ਹੁਣ ਜਿੱਦਾਂ ਕਿ ਤੁਸੀਂ ਫਿਟਨੈਸ ਨੂੰ ਵੀ ਧਿਆਨ ਦੇ ਰਹੇ ਹੋ ਵੀਡੀਓਜ਼ ਵੀ ਤੁਸੀਂ ਇੱਕ ਪ੍ਰੋਪਰ ਡਾਇਲੌਗਸ ਦੇ ਨਾਲ ਸ਼ੁਰੂ ਕਰਦੇ ਹੋ ਜਿਹੜੀ ਮੈਕਸਿਮਮ ਤੁਸੀਂ ਸ਼ੁਰੂ ਕੀਤੀਆਂ ਨੇ ਤੇ ਸਟੋਰੀ ਚੱਲਦੀ ਆ ਤੁਹਾਡੀ ਵੀਡੀਓਜ਼ ਵਿੱਚ ਤਾਂ ਕਿਤੇ ਇਹ ਵੀ ਆ ਵੀ ਹੌਲੀ ਹੌਲੀ ਫਿਲਮਾਂ ਵੱਲ ਵੀ ਤਿਆਰੀ ਹੋ ਰਹੀ ਆ ਨਹੀਂ ਹਾਂ ਜੀ ਤਰੀ ਬਈ ਆਪਾਂ ਫਿਲਮਾਂ ਵਾਲੇ ਮੇਰੇ ਸਾਹਮਣੇ ਕੋਈ ਆਫਰ ਬਹੁਤ ਆਉਂਦੇ ਨੇ ਪਹਿਲਾਂ ਵੀ ਬਹੁਤ ਆਏ ਨੇ ਪਰ ਮੈਨੂੰ ਹੀ ਲੱਗਦਾ ਵੀ ਮੈਂ ਫਿਲਮ ਕਰੂੰਗਾ ਛੇਤੀ ਕਦੇ ਅੱਛਾ ਜੀ ਤੇ ਉਹ ਜੇ ਕਰਿਆ ਤਾਂ ਮੈਂ ਜੇ ਕਰੀ ਵੀ ਤਾਂ ਮੈਨੂੰ ਜਿੱਦਾਂ ਦੇ ਮੈਂ ਗਾਣੇ ਗਾਉਣਾ ਹੈ ਪੁਰਾਣੀਆਂ ਜਿੱਦਾਂ ਦਾ ਕੋਈ 1947 ਟੇਪ ਉਦਾਂ ਦੇ ਉਹ ਫੀਲ ਉਦਾਂ ਦਾ ਕੁਝ ਕਰੂੰਗਾ ਵੀ ਜੇ ਹਰ ਬੰਦੇ ਨੂੰ ਲੱਗੇ ਵੀ ਮੇਰਾ ਇਹ ਕੀ ਬਾਤ ਹੈ ਕੀ ਬਾਤ ਐਵੇਂ ਜਿੱਦਾਂ ਇਹ ਮੇ ਕਪੜੇ ਪਾਈ ਬੈਠੇ ਆ ਉਦਾਂ ਦੀ ਮੈਨੂੰ ਨਹੀਂ ਲੱਗਦਾ ਵੀ ਮੈਂ ਮਨ ਜਿੱਦਾਂ ਤੁਸੀਂ ਕਹਿੰਦੇ ਮਿੱਟੀ ਨਾਲ ਜੁੜੇ ਹੋ ਤੁਹਾਡੇ ਗੀਤ ਉਹਨਾਂ ਵਿੱਚ ਨਜ਼ਰ ਆਉਂਦਾ ਹਕੀਕਤ ਜੀ ਵਾਲੀ ਗੱਲ ਕਰੂੰਗਾ ਜੇ ਕਰੀ ਕਦੇ ਬਾਕੀ ਮੈਨੂੰ ਲੱਗਦਾ ਨਹੀਂ ਬਿਹਾਈ ਕਰੂੰਗਾ ਮੈਂ ਤੇ ਹੋਰ ਕਿਹੜੇ ਕਿਹੜੇ ਗਾਣੇ ਤਿਆਰ ਪਏ ਨੇ ਜਿਹੜੇ ਆਉਣ ਵਾਲੇ ਨੇ ਅੱਗੇ ਫਿਊਚਰ ਦੇ ਵਿੱਚ ਹਰ ਇੱਕ ਮੰਥ ਡੇਡ ਮੰਥ ਬਾਅਦ ਮੇਰਾ ਗਾਣਾ ਰੈਡੀ ਪਈ ਰਹੇ ਉਸ ਤੋਂ ਬਾਅਦ ਮੈਂ ਰੋਮਾਂਟਿਕ ਆਉਣਾ ਫਿਰ ਬੀਟ ਆਉਣਾ ਡਿਸੀਜਨ ਚੱਲ ਪੈਣਾ ਹਰ ਇੱਕ ਪਲਾਨਡ ਹੈਗਾ ਸਾਰਾ ਰਾਈਟ ਤੇ ਹੁਣ ਬਾਹਰ ਵੀ ਤੁਸੀਂ ਸ਼ੋਜ਼ ਲਗਾਉਂਦੇ ਰਹਿੰਦੇ ਹੋ ਵੀ ਨਹੀਂ ਬੈਕ ਟੂ ਬੈਕ ਤੁਹਾਡੇ ਬਾਹਰ ਸ਼ੋਜ਼ ਚੱਲਦੇ ਨੇ ਇੱਧਰ ਵੀ ਚੱਲਦੇ ਨੇ ਇੰਡੀਆ ਵਿੱਚ ਰਿਸਪੌ ਕਿੱਥੇ ਜ਼ਿਆਦਾ ਲੁਤਫ ਹਾਲਾਂਕਿ ਹਰ ਕੋਈ ਕਹਿੰਦਾ ਵੀ ਹਰ ਪਾਸੇ ਆਡੀਅנס ਇੱਕੋ ਜਿਹੀ ਹੈ ਬਟ ਸਟਿਲ ਕਈ ਕਈ ਜਗ੍ਹਾ ਹੁੰਦਾ ਨਾ ਜਿੱਥੇ ਇੱਕ ਜਗ੍ਹਾ ਤੁਹਾਨੂੰ ਇਦਾਂ ਦੀ ਆਡੀਅנס ਮਿਲੇ ਤੁਸੀਂ ਐਕਸਪੈਕਟ ਨਹੀਂ ਕੀਤਾ ਸੀਗਾ ਯਾਰ ਇੱਥੇ ਵੀ ਆ ਹੋ ਜਾਊਗਾ ਇਦਾਂ ਦਾ ਕਿਹੜਾ ਮਾਹੌਲ ਸੀਗਾ ਕਿੱਥੇ ਸੀਗਾ ਮਾਹੌਲ ਪਿੱਛੇ ਜੇ ਮੈਂ ਇੱਕ ਟ੍ਰਾਂਟੋ ਤੀਆਂ ਦਾ ਮੇਲਾ ਕਰਕੇ ਆ ਇਸ ਜੀ ਦੇ ਵਿੱਚ ਸਿਰਫ ਤੇ ਓਨਲੀ ਲੇਡੀਜ਼ ਸੀਗੀਆਂ ਓਕੇ 6000 ਦੇ ਲੇਡੀਜ਼ ਸੀ ਉਹ ਪਾਵਰ ਰੇਡ ਸੈਂਟਰ ਸੀ ਬਹੁਤ ਵੱਡਾ ਹਾਲ ਸੀ ਬਿਲਕੁਲ ਸੋਲਡ ਆਊਟ ਗਿਆ ਸੀ ਜੀ ਤੇ ਉੱਥੇ ਸਵਾਦ ਐਸਾ ਹੈਗਾ ਕਿ ਵੀ ਇਹ ਲੱਗੇ ਨਹੀਂ ਵੀ ਬਾਹਰਲੇ ਮੇਰਾ ਕੋਈ ਨਹੀਂ ਪਰ ਇਨਾ ਜ਼ਿਆਦਾ ਪਿਆਰ ਮਿਲਿਆ ਇਹ ਤੁਮੀ ਜ਼ਿਆਦਾ ਪਿਆਰ ਦਿੱਤਾ ਵਾਹ ਜੀ ਵਾਹ ਕੀ ਬਾਤ ਹੈ ਬਾਹਰਲੇ ਮੁਲਕਾਂ ਵਿੱਚ ਬਹੁਤ ਪਿਆਰ ਦਿੰਦੇ ਆ ਆਪਣੇ ਪੰਜਾਬੀ ਬਾਕੀ ਜਿਹੜੀ ਚੀਜ਼ ਹੁਣ ਟਾਈਮ ਟੇਬਲ ਸੀ ਟਾਈਮ ਟੇਬਲ ਦੇ ਉੱਤੇ ਕੋਈ ਲੇਡੀ ਰੁਕੀ ਨਹੀਂ ਹੁੰਨੀ ਇੱਕ ਹੋਰ ਸੀ ਟਾਈਮ ਟੇਬਲ ਤੇ ਮੇਰੇ ਗਾਣੇ ਹੀ ਗਾਉਣ ਤੋਂ ਪਹਿਲਾਂ 20-25 ਮਿੰਟ ਪਹਿਲਾਂ 60 ਸਾਲ ਦੀ ਲੇਡੀ ਨੇ ਕੋਰੀਓਗ੍ਰਾਫੀ ਕੀਤੀ ਸੀ 10 ਲੇਡੀਆਂ ਨੇ ਅੱਛਾ ਜੀ ਟਾਈਮ ਟੇਬਲ ਤੇ ਕੀ ਬਾਤ ਹੈ ਉਹਨਾਂ ਨੇ ਖੁਦ ਆਪਣੇ ਸਮੇਂ ਨੂੰ ਯਾਰ ਕਰਕੇ ਤਾਂ 10 60 ਸਾਲ ਦੀ ਉਮਰ ਬਹੁਤ ਹੁੰਦੀ ਹੈ ਤੇ ਉਹਨਾਂ ਨੇ ਇਸ ਗਾਣੇ ਤੇ ਕੋਰੀਓਗ੍ਰਾਫੀ ਕੀਤੀ ਹੈ ਕਈ ਵਾਰ ਕਈਆਂ ਨੂੰ ਚੱਲਣਾ ਔਖਾ ਹੋ ਜਾਂਦਾ ਉਦੋਂ ਤਾਂ ਤੇ ਕੋਰੀਓਗ੍ਰਾਫ ਕਰਨਾ ਗਾਣਾ ਵੱਡੀ ਗੱਲ ਸੀਗੀ ਅੱਛਾ ਐਨੇ ਸਾਰੇ ਹੁਣ ਤੁਹਾਡੇ ਸੁਪਰ ਡੂਪਰ ਹਿੱਟ ਆਪਾਂ ਗਾਣੇ ਚਰਚਾ ਵੀ ਕੀਤੀ ਹੈਗੀ ਸਾਰੇ ਗੀਤਾਂ ਦੇ ਵਿੱਚੋਂ ਤੁਹਾਡੇ ਆਪਣੇ ਸਾਰੇ ਗੀਤਾਂ ਦੇ ਵਿੱਚੋਂ ਕਿਹੜਾ ਮਤਲਬ ਬਹੁਤ ਜ਼ਿਆਦਾ ਤੁਹਾਡਾ ਫੇਵਰਿਟ ਹੈ ਜਿਹੜਾ ਤੁਹਾਨੂੰ ਵੀ ਸਵਾਦ ਤਾਂ ਆਬਵੀਅਸਲੀ ਸਾਰੇ ਚਾਹੁੰਦਾ ਬਟ ਫਿਰ ਵੀ ਜੈਨੂਅਲੀ ਇੱਕ ਗਾਣਾ ਇਹ ਜਾਂ ਮੇਰੇ ਸਾਰੇ ਗਾਣੇ ਮੇਰੇ ਫੇਵਰਟ ਨੇ ਮੈਂ ਜਿਹੜੇ ਜਿਹਦੀ ਵੀ ਕੰਪੋਜੀਸ਼ਨ ਬਣਾਉਣਾ ਹੈ ਤਾਂ ਉਹਨੇ ਦਿਲੋਂ ਬਣਾਉਣਾ ਹੈਗਾ ਹਰ ਇੱਕ ਗਾਣਾ ਵੀ ਪਿੱਤੇ ਲੈ ਜਾਂਦੇ ਨੇ ਉਹ ਵੀ ਨਮਾਜਾਂ ਦਾ ਨਮਾਜਨ ਪਰ ਹਰ ਇੱਕ ਗਾਣਾ ਜਿਸ ਟਾਈਮ ਦੇ ਵਿੱਚ ਬਣਿਆ ਹੁੰਦਾ ਉਹ ਆਪਣੀ ਰੂਹ ਤੋਂ ਹੀ ਬਣਿਆ ਹੁੰਦਾ ਹੈਗਾ ਮੈਂ ਕਿਸੇ ਇੱਕ ਸਪੈਸ਼ਲ ਗਾਣੇ ਵਾਸਤੇ ਨਹੀਂ ਗਿਆ ਸਰਬੀ ਉਹ ਮੇਰੇ ਲਈ ਉਹ ਖਾਸ ਹੈ ਬਾਕੀ ਇੱਕ ਮੇਰਾ ਗਾਣਾ ਆਇਆ ਸੀ ਲੈ ਫਿਰ ਗੱਲ ਹੋ ਗਈ ਕੋਈ ਖਾਸ ਉਹ ਜਰੂਰ ਸੁਣਾਉਗਾ ਕਿਉਂਕਿ ਮੈਂ ਸੈਡ ਗਾਣਾ ਨਹੀਂ ਸੁਣਾ ਮੇਰੇ ਸਰ ਉੱਤੇ ਕਾਹਵਾਂ ਟਾਈਮ ਤੋਂ ਕਹਿੰਦੇ ਨੇ ਮੈਨੂੰ ਪਿਆਰ ਕਰਨ ਵਾਲੇ ਫਿਰ ਵੀ ਸੈਡ ਵੀ ਸੁਣਾਉ ਉਹ ਮੈਂ ਜਰੂਰ ਸੁਣਾਉਣਾ ਜਾਂਦੇ ਬਦਲ ਦੀਆਂ ਕਣੀਆਂ ਸਮਝ ਕੇ ਪਿਆਰ ਮੇਰੇ ਨੂੰ ਭੁੱਲ ਜਾਵੀਂ

ਹੁਣ ਜੇ ਕੋਈ ਮੇਰੇ ਬਾਰੇ ਪੁੱਛੇ ਕਹ ਦੇ ਮੀ ਕੋਈ ਖਾਸ ਨਹੀਂ ਸੀ ਤੂੰ ਕਹ ਦੇ ਮੀ ਕੋਈ ਖਾਸ ਨਹੀਂ ਸੀ ਵਾਹ ਵਾਹ ਕੀ ਬਾਤ ਹੈ ਬਹੁਤ ਖੂਬਸੂਰਤ ਮੈਂ ਫਿਰ ਦੁਬਾਰਾ ਕਹਿਣਾ ਚਾਹਾਂਗਾ ਇਹ ਗੱਲ ਕਿ ਪ੍ਰਮਾਤਮਾ ਨੇ ਆਵਾਜ਼ ਤੁਹਾਨੂੰ ਵਾਹ ਕਮਾਲ ਆਵਾਜ਼ ਬਖਸ਼ੀ ਹੈ ਖੜਾ ਬਖਸ਼ਿਆ ਤੁਹਾਨੂੰ ਥੈਂਕ ਯੂ ਤੇ ਚੜਦੀ ਕਲਾ ਚ ਹਮੇਸ਼ਾ ਇਸੇ ਤਰ੍ਹਾਂ ਰਹੋ ਥੈਂਕ ਯੂ ਫਿਟ ਰਹੋ ਤੰਦਰੁਸਤ ਰਹੋ ਜੇ ਮਾਨ ਸਾਹਿਬ ਕਹਿੰਨੇ ਹੁੰਦੇ ਆ ਤਾਂ ਤੰਦਰੁਸਤियां ਰਹਿਣ ਤੁਹਾਡੀ ਆਵਾਜ਼ ਵਿੱਚ ਉਹ ਜਿਹੜੀ ਮਿਠਾਸ ਹੈਗੀ ਹੈ ਇਸੇ ਤਰ੍ਹਾਂ ਬਰਕਰਾਰ ਰਹੇ ਮਿੱਠੇ ਮਿੱਠੇ ਗੀਤ ਲੈ ਕੇ ਆਉਂਦੇ ਰਹੋ ਥੈਂਕ ਯੂ ਥੈਂਕ ਯੂ ਤੇ ਬਹੁਤ ਵਧੀਆ ਲੱਗਿਆ ਪਾਇ ਤੁਹਾਨੂੰ ਅੱਜ ਗੱਲਬਾਤ ਕਰਕੇ ਹਰ ਜੀ ਜੀ ਥੈਂਕ ਯੂ ਥੈਂਕ ਯੂ ਸੋ ਮਚ ਦਸਿਕਾ